ਗਰਾਊਂਡ ਦੇ ਵਿੱਚ ਜਿਹੜਾ ਮੁੰਡਾ ਪਾਲਾਪੁਰ ਦੇ ਵੀ ਮਿਲਿਆ, ਇਹਨੇ 7.5 ਰੰਗ ਦਾ ਕਹਿੰਦੇ ਇੰਡੀਆ ਕੱਪ ਖੇਡਿਆ, ਔਰ ਕਦੇ ਕਲਕੱਤੇ ਦੇ ਵਿੱਚ ਤੱਕ ਪਾਈਆ, ਇਹਨੇ ਕਦੇ ਨੇਪਾਲ ਦੇ ਵਿੱਚ ਨੇਪਾਲਣਾ ਨਚਾਈਆਂ ਦਾ ਸਕਰੀਨ, ਔਰ ਗੋਆ ਦੇ ਵਿੱਚ ਬਹਿਜਾ ਬਹਿਜਾ ਕਰਵਾ ਕੇ ਆਇਆ, ਔਰ ਜਿਹੜਾ ਸਾਹਮਣੇ ਮੁੰਡਾ ਕਿਵੇਂ ਪਹਿਲੇ ਦੀ ਸ਼ੁਰੂਆਤ ਕਰਦੇ ਨੇ, ਕਿਵੇਂ ਚਾਰ ਵਰਚਾਰਾ ਵੀ ਜਿਹੜਾ ਤੀਰ ਕਮਾਂਡੇ ਖੁਦ ਦੇ ਉਹ ਕੌਣ ਆਏ ਹਥਿਆਰ ਉਹਦੀ ਜਿੱਤ ਯਕੀਨਣ ਦੋਸਤੋ, ਜਿਹੜਾ ਪਹਿਲਾ ਕਰਦਾ ਵਾਰ ਉਹਦੀ ਜਿੱਤ ਯਕੀਨਣ ਦੋਸਤੋ, ਜਿਹੜਾ ਪਹਿਲਾ ਕਰਦਾ ਵਾਰ ਲੈਂਦੀ ਮੁੰਡਿਆਂ ਤਿਆਰੀ ਫਰਦਾ ਉਹ ਬਾਬਾ ਭਾਵੇਂ ਨੌਜਵਾਨਾਂ ਅੱਜ ਕਹਿੰਦੇ ਵੱਡੇ ਵੱਡੇ ਖਿਡਾਰੀ ਪਹੁੰਚੇ ਹੋਏ ਆ, ਕਮੇਟੀ ਨੇ ਕਹਿੰਦੇ ਵੱਡੇ ਅਰੇਂਜਮੈਂਟ ਕੀਤੇ ਆ, ਜਿਹੜਾ ਖਿਡਾਰੀ ਪਹਿਲਾਂ ਤਿੰਨ ਛੱਕੇ ਮਾਰੂ ਉਹਨੂੰ ਵੀ ਕਦੇ ਸਪੋਰਟਸ ਸੀਲ ਦਿੱਤੇ ਜਾਣੇ ਆ, ਜਿਹੜਾ ਖਿਡਾਰੀ ਕਦੇ 2 ਵਿਕਟਾਂ ਕੱਢੂਗਾ ਉਹਨੂੰ ਵੀ ਕਦੇ ਸਪੋਰਟਸ ਸੀਲ, ਜਿਹੜੇ ਕਦੇ ਪਹਿਲਾਂ ਵਾਲੇ ਨੂੰ ਦਿੱਤੇ ਜਾਣੇ ਆ, ਔਰ ਜੋਤ ਲਗਾਤਾਰ ਤਿੰਨ ਛੱਕੇ ਮਾਰਦਾ ਤੇ ਜੋਤ ਨੂੰ ਵੀ ਕਦੇ ਸਪੋਰਟਸ ਸੀਲ, ਔਰ ਟਾਈ ਵੱਡੀ ਆ ਔਰ ਰਣਕੇ ਦੇ 4 ਦੇ ਵਾਧੇ ਹੋ ਗਿਆ, ਵੀ ਦਿੱਲੀ ਤੋਂ ਬਣ ਗਿਆ ਲੌਂਗ, ਲੰਗ ਤੋਂ ਬਣ ਗਿਆ ਚੌਕਾ, ਦੇ ਮੰਡੀ ਵਾਲਾ ਜਿਹੜੇ ਬਠਿੰਡੇ ਵਾਲਾ ਮੁੰਡਾ ਕਦੇ ਸਾਹਮਣੇ ਆ, ਜਿਹੜਾ ਕਦੇ ਤਿਆਰ ਵਰਤਿਆਰਾ ਜਿੱਤਿਆ ਥੋੜਾ ਵੀ ਪਿੰਡਾਂ ਵਿੱਚ ਨਾ ਹੋਣ ਫੈਸਲੇ ਰਾਜਦਾਰ ਦੇ ਚੀਕਾਂ ਦੇ, ਪੰਜਾਬ ਦੇ ਸ਼ੌਕੀ ਹੋ ਗਏ ਥੋੜ ਬੋਲ ਦੇ ਜੀਪਾਂ ਦੇ, ਅੱਜ ਪੰਜਾਬ ਦੇ ਸ਼ੌਕੀ ਹੋ ਗਏ ਥੋੜ ਬੋਲ ਦੇ ਜੀਪਾਂ ਦੇ, ਆਓ ਕੇਥਲ ਵਾਲਾ ਮੁੰਡਾ ਇੱਕ ਪਾਸੇ ਕਦੇ ਹਰਿਆਣੇ ਦਾ ਸ਼ੋਰਾ ਔਰ ਦੂਜੇ ਪਾਸੇ ਕਦੇ ਪੰਜਾਬ ਵੀ ਮਾਣ ਵਾਲੀ ਗੱਲ, ਆਪਾਂ ਜੰਮਿਆ ਪੰਜਾਬ ਵਿੱਚ ਸੋਨੇ ਦੀ ਚਿੜੀ ਦਾ ਨਾਮ ਮਿਲਿਆ ਖਿਤਾਬ ਵਿੱਚ, ਵੀ ਮਾਲਕ ਜ਼ਮੀਨਾਂ ਦੇ ਤੇ ਪੁੱਤ ਸਰਦਾਰਾਂ ਦੇ, ਆਓ ਸਾਡੇ ਸਿਰੇ ਚੱਲ ਰਿਹਾ ਘਰ ਸਾਹੂਕਾਰਾਂ ਦੇ ਖੁੱਲੇ ਰੱਖੀ ਦੇ ਗਲਾਂ ਦੇ ਦਰਵਾਜ਼ੇ, ਕਰ ਦੋ ਬਾਈ ਸ਼ੇਅਰ ਕਰ ਦੋ, ਬਹੁਤ ਤਗੜਾ ਮੈਚ ਅੱਜ ਦੇ ਦਿਨ ਦਾ, ਪ੍ਰਦੀਪ ਲਿਖਿਆ ਪਹੁੰਚਿਆ ਹੋਇਆ ਟੀਮ ਲੈ ਕੇ ਬੱਲੇ ਬੱਲੇ ਕਰਾਈ ਤੇ ਆਉਂਦਾ ਇਹ ਸੁਦੀਪ ਧਮਾਲ, ਮੇਰੇ ਮਿੱਤਰੋ ਕਾਕਾ ਰਾਂਪੇ ਮੰਡੀ ਵਾਲਾ ਪਿਆਰ ਵਰਤਿਆਰਾ ਸਾਹਮਣੇ ਕਈ ਥੱਲੇ ਸਟੀਸ ਦੀਆਂ ਬਾਲਾ ਕਦੇ ਪੈਂਦੀ ਆ ਖੇਡ ਮੈਦਾਨ ਦੇ ਵਿੱਚ, ਟਾਬਲੀਆਂ ਬਾਲਾ ਹੁੰਦਾ ਕਦੇ ਪਾਈ ਦਰਿਆ ਪਰ ਰਾਂਪੇ ਮੰਡੀ ਵਾਲੇ ਨੇ ਕਹਿ ਸਾਈਡ ਵੀ ਧੁੱਕੀ ਕੱਢੀ ਹੋਈ ਆ, ਤੇ ਚਰਚੇ ਹੁੰਦੇ ਆ ਪੈਗੀ ਵਾਲ ਇੱਕ ਚੋਟੀ ਵੀ ਆਲ ਕਦੇ ਮੁੰਡਾ ਚੋਟੀ ਦੀਆਂ ਬਾਲਾਂ ਪਾਈ ਤੁਰਿਆ ਵਾਲੇ ਕਦੇ ਮਨਦੀਪ ਇੰਜਨ ਵਰਖੇ ਵਾਲੇ ਭਰਾ ਕਦੇ ਸਾਧੂ ਵੀ ਕਿਸੇ ਵੀਰ ਨੇ ਕਮਾਨ ਔਰ ਸੁਪਰ ਸੀਟਰ ਲਾਣਾ ਤੇ ਰੂਟਾ ਮੀਟਰ ਲਾਣਾ ਤੇ ਅੱਜ ਕਦੇ ਭਰਾਵਾਂ ਦੇ ਸੰਪਰਕ ਬਣਾ ਸਕਦੇ ਆ, ਕੁਲਵਿੰਦਰ ਕੰਦੇ ਨਾਲ ਆਈ ਆ ਕਦੇ ਫੱਟੇ ਟਕਰ ਚੱਲ ਵਰਗੀ ਵੀ 2-4 ਹੁਣ ਚੱਜਦੇ ਔਰ ਕਿਰਤੀ ਵਧਾ ਕੇ ਕਿਹੜਾ ਬੋਟ ਗੋਰ ਨੇ ਵੀ ਸ਼ਟ ਗੁਰਦਾਸ ਜਿਹੜੇ ਔਕੇ ਮੇਰੇ ਨਾਲ ਖੜੇ ਨਾ, ਸਾਨੂੰ ਇਹੋ ਜਿਹੀਆਂ ਲੀਗਾਂ ਦੀ
ਕੋਈ ਲੋੜ ਨਹੀਂ ਸਾਨੂੰ ਇਹੋ ਜਿਹਾ ਲੀਲਾ ਦੀ ਗੁਰਪ੍ਰੀਤ ਆਓ ਕੋਈ ਲੋੜ ਨਹੀਂ ਤੇਰਾ ਜਿਹੜੇ ਚਾਰ ਆਹ ਮੁੰਡੇ ਨੇ ਕਦੇ ਚੋਰ ਤੇ ਕਦੇ ਗੱਲ ਹੋ ਜਾਂਦਾ ਪਿੰਡ ਸਦਰਪੁਰ ਦੀ ਧਰਤੀ ਕਿਵੇਂ ਭਰਾਵਾਂ ਦਾ ਮੇਲਾ ਖੇਡਿਆ ਜਾਣਾ ਹਰ ਹਰ ਸਾਲ ਕਿਵੇਂ ਧੱਕੀ ਕਰਦੇ ਆ ਜੱਟ ਦੇ ਵੀਰ ਪਹਿਲਾਂ ਕਿਵੇਂ ਸ਼ਾਨਦਾਰ ਬਾਰਵਾਂ ਔਰ ਗੱਲਾਂ ਕਹਿੰਦੇ ਛੋਟੇ ਪਹਿਲਾਂ ਮੇਲੇ ਦੇ ਵਿੱਚ ਲੱਗਣਗੀਆਂ ਔਰ ਮੈਚ ਕਹਿੰਦੇ ਤਗੜਾ ਖੇਡਿਆ ਜਾ ਰਿਹਾ ਔਰ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਦੇ ਰਹੇ ਵੀ ਮੁਰਕ ਮੁਰਕੀ ਹੋ ਗਿਆ ਵੇਖੋ ਚੋਰ ਚੋਪੜਾ ਦਾ ਵੀ ਗੰਡਾ ਵੀ ਚੁਬਦਾ ਕਿਸਮਤ ਚੋਰ ਚੋਪੜਾ ਦਾ ਵੀ ਚੜੀ ਜਵਾਨੀ ਕਰਮ ਖੂਨ ਲਲਕਾਰੇ ਤਾਂ ਵੱਜਦੇ ਹੀਰਾ ਦੇ ਖੇਲੇ ਮਰਦ ਮਦਾਨੋ ਆਓ ਕਰਕੇ ਵੀ ਭੱਜਦੇ ਰਾਜੇ ਖੇਲੇ ਮਰਦ ਮਦਾਨੋ ਕਰਕੇ ਵੀ ਭੱਜਦੇ ਜੋਤ ਦੇ ਤਿੰਨ ਛਿੱਕੇ ਫਿਊਜ਼ ਦਿੱਤੇ ਜਾ ਰਹੇ ਆ ਪਰ ਕੇਸਰ ਵਾਲਾ ਮੁੰਡਾ ਬਾਲਾਪੁਰ ਦੇ ਲੀਕੇ ਦੇ ਵੱਧ ਆਇਆ ਆਓ ਕਾਲ ਕਹਿੰਦੇ ਬਾਈ ਦਾ ਕੈਸਲ ਵਾਲਿਆ ਔਰ ਨਖਿਆਲ ਦੇ ਗੱਭਰੂ ਤੋਂ ਤੈਨੂੰ ਡਰ ਲੱਗਦਾ ਨਾ ਜਾਂਦਾ ਇਹਦਾ ਕਹਿੰਦੇ ਉੱਚਾ ਲੰਬਾ ਗੱਭਰੂ ਦਲੇਰ ਲੱਗਦਾ ਕਹਿੰਦੇ ਟਿਕਰ ਦੀ ਦੁਨੀਆ ਦਾ ਔਰ ਟੋਪ ਦਾ ਤੇ ਚੰਦਰਾ ਪਲੇਰ ਲੱਗਦਾ ਜਿਹੜੇ ਮੁੰਡੇ ਨੇ ਕਹਿੰਦੇ ਪਿੰਡੀਆਂ ਵਾਲਾਂ ਦਾ ਸਾਹਮਣੇ ਕਰਨਾ ਗੁਰਪ੍ਰੀਤ ਕਹਿ ਕੇ ਖਿਲਾੜੇ ਨੂੰ ਕੱਟੋ ਦੇ ਵਿੱਚ ਨੂੰ ਸਵਾਦ ਫੇਲਾਉਣਾ ਬਾਕੀ ਮੁੰਡਾ ਸਾਹਮਣੇ ਗਲੇ ਬਾਹਰ ਗਲੇ ਪਾਈ ਗੁਰੂ ਆਸੇ ਪਾਸੇ ਨੂੰ ਬੋਲਿਆ ਫੇਰ ਗੱਲਾਂ ਲੱਗ ਜਾਣੀਆਂ ਟਿਕਾਰੇ ਓਵਰ ਸਮਾਪਤ ਹੈ ਤੇ ਰੋਟਾ ਹਰੀ ਪਿੰਡ ਦਾ ਇਲੈਵਨ ਭਰਾ ਸਾਡਾ ਆਓ ਦੱਸਿਆ ਨਾਲ ਕਦੇ ਲੱਗੀ ਹੋਈ ਪੁੱਜਿਆ ਪੰਜਾਬ ਲਾਈਵ 24 ਦੀ ਸਾਰੀ ਟੀਮ ਕਦੇ ਪੁੱਜੀ ਹੋਈ ਹੈ ਹੜੌਲੀ ਨੇ ਕਦੇ ਮਿਲ ਦਾ ਬਹੁਤ ਵੱਡਾ ਧੰਨਵਾਦ ਹੈ ਸਤਾਓ ਦੇ ਸੋਨੂ ਦਾ ਰੰਗ ਦੇ ਲੀਲੇ ਦਾ ਪਟਾਲੀ ਦੇ ਮਾਨ ਦਾ ਤੇ ਧਰੋ ਦੇ ਕਹਿੰਦੇ ਚਾਲੇ ਦਾ ਵੱਡਾ ਧੰਨਵਾਦ ਹੈ ਲਵੀ ਨੌਜਵਾਨਾਂ ਕਿੰਨੇ ਬਣ ਗਿਆ 15 ਬਣ ਗਿਆ ਪਹਿਲੀਆਂ ਦੇ ਵਿੱਚ ਕਹਿੰਦੇ 15 ਲੱਗ ਗਿਆ ਤੇ ਦੂਜੇ ਵਾਰ ਦੀ ਸ਼ੁਰੂਆਤ ਇਹ ਮੁੰਡਾ ਕਹਿੰਦੇ ਮਾਝੀ ਪਿੰਡ ਦਾ ਗੁੰਦ ਆ ਗਿਆ ਤੇ ਗੱਲਾਂ ਬਾਤਾਂ ਇਹਦੀਆਂ ਟਿਕਾਣੇ ਆਓ ਕਹਿੰਦੇ ਗੱਲਾਂ ਬਾਤਾਂ ਦੀਆਂ ਟਿਕਾਣੇ ਤੇ ਉਸ ਭਰਾ ਨੂੰ ਕਹਿੰਦੇ ਸਨਮਾਨ ਦਿੱਤੇ ਜਾ ਰਿਹਾ ਆਓ ਕਹਿੰਦੇ ਜਿਹੜੇ ਮੁੰਡੇ ਨੇ ਕਹਿੰਦੇ ਆਹ ਪਿੱਚ ਤਿਆਰ ਕੀਤੀ ਹੈ ਜਿਹੜੇ ਮਿਸਤਰੀ ਦੇ ਕਹਿੰਦੇ ਇਸ ਪਿੱਚ ਨੂੰ ਤਿਆਰ ਕੀਤਾ ਜਿਹੜੇ ਕਹਿੰਦੇ ਸਾਡਾ ਦੇ ਪਟਾਕੇ ਪਵਾਇਆ ਆਓ ਪੱਟੂ ਮਿਸਤਰੀ ਸਾਡੀ ਜ਼ਿੰਦਗੀ ਦਾ ਮਾਣ ਅੱਜ ਕਹਿੰਦੇ ਸਨਮਾਨ ਦਿੱਤੇ ਜਾ ਰਿਹਾ ਸਾਡੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਬਹੁਤ ਵੱਡਾ ਧੰਨਵਾਦ ਵੀ ਮਾਣ ਸਨਮਾਨ ਸਾਨੂੰ ਬਾਬਾ ਜੀ ਨੇ ਬਖਸ਼ ਅੱਜ ਥੱਲੇ ਗੱਡੀਆਂ ਤੇ ਕਦੇ ਸੀਗੇ ਰਖਸ਼ ਵੀ ਸਾਡੀ ਮਿਹਨਤ ਨੂੰ ਫਲ ਲੱਗਾ ਵੇਖ ਕੇ ਸ਼ਰੀਕਾਂ ਦੇ ਕੱਟ ਹੌਲ ਪੈਣ ਲੱਗ ਪਏ ਸਾਨੂੰ ਰੱਬ ਨੇ ਕਰ ਦੋ ਸ਼ੇਅਰ ਕਰ ਦੋ ਭਾਈ ਸਾਰੇ ਭਰਾ ਅੱਜ ਦੇ ਦਿਨ ਦਾ ਬੈਸਟ ਮੈਚ ਹੈ ਅੱਜ ਦੇ ਦਿਨ ਦਾ ਬੈਸਟ ਮੈਚ ਕਰ ਦੋ ਸ਼ੇਅਰ ਵੀਰੇ ਸਾਰੇ ਭਰਾ ਬੈਸਟ ਮੈਚ ਹੈ ਅੱਜ ਦੇ ਦਿਨ ਦਾ ਛੇ ਛੱਕੇ ਮਾਰਨਾ ਤੇ 1100 ਰੁਪਇਆ ਔਰ ਕਦੇ ਨਾ ਭਰਾਵਾਂ ਵੱਲੋਂ ਦਿੱਤਾ ਜਾਣਾ ਖੇਡ ਦੇ ਗਰਾਊਂਡਾਂ ਦੇ ਵਿੱਚ ਗੁਰਪ੍ਰੀਤ ਓਵਰ ਸਮਾਪਤ ਹੋ ਗਿਆ ਭਾਈ ਸਕੋਰ ਇੱਕ ਵਾਰੀ ਦੱਸੀਏ ਕਿੰਨੇ ਬਣੇ ਬਣ ਗਿਆ ਪਰ ਸਾਹਮਣੇ ਕਹਿੰਦੇ ਮਾਪਿਆਂ ਦਾ ਹਰਪ੍ਰੀਤ ਸਿੰਘ ਹੈਪੀ ਆ ਪਰ ਕਹਿੰਦੇ ਗਰਾਊਂਡਾਂ ਦਾ ਗੋਂਦਾ ਗੋਂਦਾ ਬਾਲਾ ਭਾ ਰਿਹਾ ਫਿਰ ਕੀ ਕਹਿੰਦੇ ਆਹ ਮੁੰਡੇ ਨੂੰ ਕਿੰਗ ਕਹਿੰਦੇ ਆ ਵੀ ਦਿਨ ਦੇਖੇ ਜਿਹਨੇ ਦੇਖਿਆ ਵੀ ਕੱਲੇ ਐਤਵਾਰ ਜੱਟ ਨੇ ਆਹ ਮੁੰਡਾ ਸਾਹਮਣੇ ਵੇਖੀਏ ਪੁਰਾਣਾ ਖੁੰਡਾ ਮਾਝੀ ਪਿੰਡ ਵਾਲਾ ਗਾਉਂਦਾ ਆਹ ਸਾਹਮਣੇ ਪਾਲਾ ਪਾਉਂਦਾ ਪਰ
ਤੇਰੇ ਸਾਹਮਣੇ ਰਾਪਰੇ ਮੰਡੀ ਵਾਲਾ, ਰਾਪਰੇ ਮੰਡੀ ਵਾਲਾ, ਰਾਪਰੇ ਮੰਡੀ ਵਾਲਾ। ਅੱਜ ਨੀ ਕਿਸੇ ਤੋਂ ਲੋਟੋਗਾ, ਇਹਨੂੰ ਸਮਝਾਉਣਾ ਪੈਣਾ, ਇਹਨੂੰ ਸਮਝਾਉਣਾ ਪੈਣਾ। ਫੇਰ ਗੱਲਾਂ ਟਿਕਾਣੇ ਲੱਗਣੀਆਂ ਨੇ, ਲੈ ਵੀ ਮੰਡੀ ਇਹਨੂੰ ਸਮਝਾਵਾ, ਬਾਕੀ ਸਾਰਾ ਕੁਝ ਲੋਟ ਆਜੂ, ਬਾਕੀ ਸਾਰਾ ਕੁਝ ਲੋਟ ਆਜੂ। ਕਹਿੰਦੇ ਬਾਕੀ ਸਾਰਾ ਕੁਝ ਲੋਟ ਆ ਜਾਣਾ, ਪਰ ਕਹਿੰਦੇ ਹੈਪੀ ਦੀਆਂ ਵਾਲਾਂ ਪੈਂਦੀਆਂ ਮੇਰੇ। ਆਏ ਕਹਿੰਦੇ ਛੋਟਾ ਮਾਝੀ ਪਿੰਡ ਦਾ ਕੰਨਾਂ ਤੇ ਘੱਟ ਸੁਣਦਾ, ਹਰ ਕਦੇ ਘੱਟ ਬੋਲਦਾ ਤੇ ਘੱਟ ਟੋਲਦਾ, ਕਦੇ ਬੋਲਦਾ ਤੇ ਨਕਰਾਂ ਦਾ, ਆਓ ਕਦੇ ਲੋਕਾਂ ਨੂੰ ਸਿਰ ਚੜਕੇ ਪੱਲਾ ਬੋਲਦਾ। ਨਾ ਉਸ ਸਾਹਮਣੇ ਕਦੇ ਪੈ ਗਈ ਬਾਲ, ਫਿਰ ਦੇ ਮੈਦਾਨ ਦੇ ਪਿੰਡ ਦੇ ਵੀਰ ਮੰਡਾ ਮਾਝੀ ਵਾਲਾ ਚੋਟੀ ਦੀਆਂ ਮਾਲਾ ਪਾਈ ਚਲੇ ਆਉਂਦਾ, ਮਾਲਾ ਪਾ ਦਿੱਤੀ ਹੈ। ਫਿਰ ਮੈਦਾਨ ਦੇ ਵਿੱਚ ਪੈ ਗਈ ਜੇਤੂ ਟੀਮਾਂ ਨੂੰ ਬਹੁਤ ਵਾਰ ਬਾਜ ਮਾਰ ਦੂੰਗੀ। ਜੇਤੂ ਟੀਮ ਆ ਜਾਂਦੀ ਹੈ, ਬਾਲ ਵਾਲੇ ਮੁੰਡੇ ਖੁੜਿਆ ਵੀ ਜੇਤੇ ਇੱਕ ਮਿੰਟ ਦੇ ਵਿੱਚ ਟੀਮ ਆ ਗਈ ਹੈ। ਸਹੀ ਹੈ ਨਹੀਂ ਰੂਪੇ ਜੀ ਵਾਲਿਆ, ਫਿਰ ਵਰਦੀਆਂ ਪਾਲੀ ਨੌਜਵਾਨ ਕੋਈ ਗੱਲਾਂ ਕਿਤੇ ਟਿਕਾਣੇ ਨਾ ਉੱਚਾ ਲੱਗ ਜਾਣੀ। ਅਗਰ ਕਿੱਦਾਂ ਬਾਈ ਕਹਿੰਦਾ ਵੀ ਜੇ ਕਾਕਾ ਲਗਾਤਾਰ ਔਰ ਕਹਿੰਦੇ ਤਿੰਨ ਛਕੇ ਚੜਦਾ ਤੇ 1100 ਰੁਪਈਆ, ਔਰ ਕਿੱਦਾਂ ਬਾਈ ਕਹਿੰਦਾ ਮੇਰੇ ਵਲੀਓ ਦੇ ਦੋ ਜੇ ਕਿਸੇ ਭਰਾ ਨੇ, ਔਰ ਕਿਸੇ ਵੀ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਜਾਣਾ ਤੇ ਕਿੱਦੇ ਬਾਈ ਜੀ ਸੰਪਰਕ ਬਣਾ ਸਕਦੇ ਆ ਭਰਾ ਕੇ ਥੋੜੇ ਪੈਸਿਆਂ ਦੇ ਵਿੱਚ ਲਗਾਤਾਰ ਤੈਨੂੰ ਛੱਕੇ ਮਾਰਦਾ ਇਹ ਗੱਲਾਂ ਕਹਿੰਦੇ ਟਿਕਾਣੇ ਲਾ ਦਾਂਗੇ ਤੇ ਫਿਊਜ ਦਿੱਤੇ ਜਾਣੇ ਆ। ਠੀਕ ਹੈ, 6 ਛੱਕੇ ਮਾਰੂ ਤੇ ਇਹਨੂੰ ਕਹਿੰਦੇ 1100 ਦੇ ਨਾਲ, ਔਰ ਕਹਿੰਦੇ ਵੱਡੇ ਮਾਨ ਸਨਮਾਨ ਫੰਟੀ ਭਰਾ ਸਾਡਾ ਕਾਕਾ ਸੋਜੀ ਬਾਈ ਜੀ ਕਹਿੰਦਾ ਵੀ ਤੇਰਾ ਯਾਰ ਵਪਾਰੀ ਡੰਗਰਾਂ ਦਾ ਬੱਚਾ ਵੇਚਕੁੜੇ, ਇਹ ਵਾਧਾ ਘਾਟਾ ਵੇਖੇ ਨਾਲ ਉਹਦਾ ਦੱਬ ਕੇ ਪੂਰਾ ਰੇਟ ਕੁੜੇ। ਆਓ ਗੱਲਾਂ ਕਹਿੰਦੇ ਟਿਕਾਣੇ ਲੱਗੀਆਂ ਪਹਿਲਾਂ ਗੁਰਪ੍ਰੀਤ ਕਰਦੇ ਕਰਨਾ ਜਾਂਦੇ ਆਓ ਸਮੇਂ ਤਾਲ ਵੀ ਜਿਹੜੇ ਬਾਲਾ ਕੇ ਸਵੇਰ ਵਾਲ ਕਹਿੰਦੇ ਮਾਝੀ ਦੇ ਗੋਂਬੇ ਨੇ ਕਦੇ ਪਾ ਦਿੱਤਾ ਹੈ। ਲੈ ਵੀ ਰੂਪਾ ਫੜੀ ਵਾਲਾ ਬੋਲ ਕਿੰਨੇ ਬਣ ਗਿਆ ਗੁਰਪ੍ਰੀਤ, ਉਹ ਗੱਜੂ ਮਾਝੀ ਵਾਲਾ ਕਾਚੂ ਗਰੁੱਪ ਵਾਲਾ ਵਾਰ ਵਾਰ ਕਹਿ ਕੇ ਜਾਂਦਾ ਸਾਡਾ ਨਾਂ ਬੋਲਦੇ, ਕਹਿੰਦਾ ਪਿੰਡ ਨੀ ਟੱਪਣ ਦਿੰਦੇ ਨੇ ਤੈਨੂੰ, ਔਰ ਡਰ ਲੱਗਦਾ ਕਹਿੰਦੇ ਜਗਤਾਰ ਬਾਈ ਬਣ ਗਿਆ, ਬਾਈ ਕਦੇ ਬਣ ਗਿਆ ਦੋਵਰਾਂ ਦੀ ਸਮਾਪਤੀ ਨੂੰ ਕਦੇ ਬਾਅਦ ਲਾ ਕਹਿੰਦੇ 22 ਰਨ ਬਣ ਗਿਆ ਖੇਡ ਮੈਦਾਨ ਦੇ ਵਿੱਚ ਤੇਰੇ ਵੀਰ ਮਣੀ ਆ ਗਿਆ ਪਾਲਾ ਪੌੜ ਦੇ ਲਈ। ਸ਼ੇਅਰ ਕਰ ਦੋ ਮੇਰੇ ਮਾੜਾ ਇੱਕ ਸ਼ੇਅਰ ਕਰ ਦੋ ਜਿਹੜੇ ਭਰਾ ਜੀ ਨੇ ਬਹੁਤ ਤਗੜਾ ਮੈਚ ਹੈ, ਅੱਜ ਦੇ ਦਿਨ ਦਾ ਬੈਸਟ ਮੈਚ ਆ। ਗੱਲਾਂ ਟਿਕਾਣੇ ਖੇਡ ਮੈਦਾਨ ਦੇ ਵਿੱਚ ਕਦੇ ਮਨੀ ਬਾਲਾ ਪਾਉਂਦੇ ਵੀ ਹੈਗਾ, ਲੋਕੀ ਪਿਆਰ ਨਾਲ ਕਦੇ ਟਾਂ ਟਾਂ ਖੇਡਦੇ ਆ, ਜਿਹੜੇ ਮੁੰਡੇ ਨੇ ਕਦੇ ਬਾਲਾ ਪਾਉਣੀਆਂ ਦੋ ਸਾਰੇ ਕਦੇ ਲਗਾਤਾਰ ਤਖਤਰੀ ਦੇ ਕਦੇ ਕੱਪਦਾ ਮੈਂ ਲੋਸੀ ਜੀ ਦਾ ਕਦੇ ਜੇਤੂ ਫਰਾਰੀ ਬਾਲ ਪਾਉਂਦੇ ਵੀ ਕਦੇ ਤਿਆਰ ਵੱਲ ਤਿਆਰ ਹੈ, ਪਰ ਸਾਹਮਣੇ ਕਦੇ ਫੋਰ ਦਾ ਜੇਤੂ ਹੈ, ਇਹਨੇ ਨੀਲਾ ਫੋਰ ਜਿੱਤਿਆ ਹੋਇਆ ਤੇ ਪੜਕਾ ਕਦੇ ਅੱਜ ਉਹਦੇ ਵਾਂਗੂ ਇਹ ਮਾਰਦਾ ਮੁੰਡਾ, ਕਹਿੰਦੇ ਪੜਕਾ ਦੇ ਵਾਂਗੂ ਮਾਰਦਾ, ਕਹਿੰਦੇ ਮੇਰੇ ਵੀਰ ਖੇਡ ਮੈਦਾਨ ਦੇ ਵਿੱਚ ਵੀ ਨਾ ਟਿਕਾਰਾ ਜਿੱਦਾਂ ਕੱਦ ਜੱਟਦਾ ਮੀਟਰਾਂ ਦੇ ਨਾਲ ਇਹਦਾ ਘੱਟ ਖੜਦਾ ਪੂਰੀ ਚਰਚਾ ਖੇਡ ਦੇ ਮੈਦਾਨ ਦੇ ਵਿੱਚ ਬਾਂਡਾ ਕਿਤੇ ਪਾਲ ਪਾਉਂਦੇ ਨੀ, ਫਿਰ ਆਓ ਕਿਤੇ ਖੇਡ ਦੇ ਮੈਦਾਨ ਦੇ ਵਿੱਚ ਵਧਾ ਹੋਇਆ ਲਵੀ ਬਣੀ ਪਾ ਵਾਲੇ ਦਾ ਜਾਂਦਾ ਪਹਿਲੀ ਦੇ ਛੱਕਾ ਪੈਣਾ ਭਾਵੇਂ ਜਿੱਤੇ ਮਰਜ਼ੀ ਪਾਲਾ ਖੇਡਣਾ।
ਸੁੱਕੀ ਕਮਾਨ ਹੈਗਾ ਵੀਰੇ ਹੈਗਾ ਪਾਦੇ ਹੁਣ ਆਪਣੀ ਕੋਈ ਗਲਤੀ ਨੀ ਹੋਈ ਆ ਜਿਹੜੀ ਗਲਤੀ ਹੋਣੀ ਤੇ ਟੀਮਾਂ ਦੀ ਹੋਣੀ ਹੈ ਪਰ ਸਾਹਮਣੇ ਚੋਤਾ ਆਓ ਤੇਰੇ ਉੱਤੇ ਮਾਣ ਕਰਦੇ ਕਹਿੰਦੇ ਸਰਦਾਰ ਨਿੱਕਾ ਸਿੰਘ ਦੀ ਵਿਦੇਸ਼ਾ ਦੀ ਕਹਿੰਦੇ ਮਾਣ ਕਰਦੇ ਬਾਪੂ ਨੌਜਵਾਨਾਂ ਕਹਿੰਦੇ ਮੁੰਡਾ ਖਰਾ ਉਤਰਦਾ ਜਾ ਰਿਹਾ ਤੇ ਸ਼ੰਕਾ ਕਹਿੰਦੇ ਕਰਦਾ ਵੀ ਜਦੋਂ ਪੱਜ ਦਾ ਟੱਪ ਦਾ ਸ਼ੰਕਾ ਦੁਨੀਆਂ ਪੈਂਦੀ ਹੈ ਫਿਰ ਮੈਂ ਕਾਸਕੋ ਕ੍ਰਿਕਟ ਦਾ ਕ੍ਰੇਜ਼ ਇਹਦੀ ਗੱਲ ਕਹਿੰਦੇ ਸੁਣਨ ਦੇ ਸੱਤ ਮਿੱਤਰੋ ਆਦੇ ਕਹਿੰਦੇ ਮਨਪ੍ਰੀਤ ਗਿਆ ਸਾਡਾ ਜ਼ਿੰਦਗੀ ਦਾ ਕਹਿੰਦੇ ਇੱਕ ਵੱਡਾ ਹਿੱਸਾ ਤੇਰਾ ਬਾਈ ਆ ਰਿਹਾ ਨਿਊਜ਼ੀਲੈਂਡ ਤੋਂ ਆ ਰਿਹਾ ਸੁਖਪਾਲ ਬਾਈ ਉਹਨੇ ਹਰ ਕਿੱਦੇ ਵਰਗੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਕਹਿੰਦੇ ਜਿਹੜੇ ਵੀਰ ਆਦੇ ਮੇਲੇ ਦੇ ਵਿੱਚ ਕਹਿੰਦੇ ਸਾਡੀ ਸਪੋਰਟ ਕਰੀ ਤੁਰੇ ਆਉਂਦੇ ਆ ਨਾਲ ਕਹਿੰਦੇ ਫਿਰ ਧਿਆਨ ਬਾਈ ਹੋ ਗਿਆ ਉਹਨਾਂ ਨੇ ਕਹਿੰਦੇ ਬਹੁਤ ਵੱਡਾ ਧੰਨਵਾਦ ਰਮਨ ਸਾਡਾ ਛੋਟਾ ਭਰਾ ਏ ਔਰ ਜਿਹਦੇ ਦਾ ਵੀ ਧੰਨਵਾਦ ਪਰ ਇੱਧਰ ਦੇ ਪਾਸ ਮੁੰਡਾ ਥੱਲੇ 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 ਕਰਾਈ ਤੁਰਿਆ ਬਾਕੀ ਮੁੰਡਾ ਕਿਤੇ ਥੱਲੇ ਥੱਲੇ ਕਰਾਈ ਤੁਰਦਾ ਭਲੇਸ਼ੇ ਪਰਿਵਾਰ ਦਾ ਮੁੰਡਾ ਕਿਤੇ ਅੱਜ ਸਲਾਹ ਕਰਾਈ ਤੁਰਦਾ ਬਾਪੂ ਜੀ ਬੈਠੇ ਆ ਦੇਖ ਲਿਆ ਮੁੰਡੇ ਦੀ ਖੇਲ ਨੂੰ ਚੋਤ ਨੇ ਕਿਹਾ ਸਲਾਹ ਕਰਾਉਂਦਾ ਪਤਾ ਕੋਈ ਨੀ ਬਾਨਾ ਦੇ ਬਾਨਾ ਕੀ ਆ ਪੈਗੀ ਵਾਲ ਚੋਟੀ ਦੀ ਤੇ ਸਾਹਮਣੇ ਕਦੇ ਕਿਸੇ ਰਹਿੰਦੇ ਤੈਨੇ ਮਾਰੇ ਕੀ ਪਰ ਆਹ ਬਾਬੇ ਛੱਕਾ ਕਹੀਦਾ ਡੱਡਾ ਤਕੜਾ ਹੋ ਜਾਵੇ ਸਾਹਮਣੇ ਕਹਿੰਦੇ ਪੈਗੀ ਵਾਲ ਜੇਤੂ ਦਾ ਮੈਚ ਜਿਹੜਾ ਬੰਦ ਹੋਇਆ ਖੇਡਿਆ ਜਾਣਾ ਨਨੇੜਾ ਤੇ ਭਪਾਲੀ ਵਾਲੇ ਮੁੰਡੇ ਆਦਰ ਕਹਿੰਦੇ ਭਪਾਲੀ ਵਾਲੇ ਮੁੰਡੇ 125 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਏ ਆ ਬਾਕੀ ਪਾਣੀ ਪਤਵਾ ਇਲਾਕਾ ਕਰਦੇ ਕਦੇ ਹੁੰਦੇ ਆ ਮੁੰਡੇ ਕਦੇ ਕੁੱਦੇ ਹੋਏ ਆ ਤੇ ਸਾਹਮਣੇ ਵੇਖੀਏ ਉਹ ਜਿਹੜਾ ਮੁੰਡਾ ਹੁਣ ਲੰਗ ਬਣਿਆ ਬਾਲਾ ਪਾਉਣ ਦੇ ਲਈ ਆਇਆ ਜ਼ਿਲ੍ਹੇ ਲੁਧਿਆਣੇ ਦਾ ਕਹਿੰਦੇ ਹੀਰਾ ਪਿੰਡ ਆ ਜਿੱਥੋਂ ਆਹ ਮੁੰਡੇ ਨੇ ਕਹਿੰਦੇ CT 100 ਮੋਟਰਸਾਈਕਲ ਜਿੱਤਿਆ ਜਿਹੜਾ ਕਹਿੰਦੇ ਬਾਲਾ ਪਾਉਣ ਦੇ ਲਈ ਆਇਆ ਜਿਹੜਾ ਮੁੰਡਾ ਬਾਲਾ ਪਾਵੇਗਾ ਖੇਡ ਮੈਦਾਨ ਦੇ ਵਿੱਚ ਰਵੀ ਰੂਪਾ ਖੇੜੀ ਵਾਲੇ ਨਾਜਨ ਅੜਤਾਲੀ ਬਣ ਗਿਆ ਅੜਤਾਲੀ ਵਾਲੀ ਜਿਹੜੀ ਖੇਡ ਦੇ ਮੈਦਾਨ ਦੇ ਵਿੱਚ ਬਣ ਚੁੱਕਿਆ ਤਿੰਨ ਓਵਰਾਂ ਦੀ ਸਮਾਪਤੀ ਜਿਹੜੀ ਹੋਗੀ ਮੇਰੇ ਹਿਸਾਬ ਨਾਲ ਉਧਰਲੇ ਪਾਸੇ ਕਹਿੰਦੇ ਮੇਰੇ ਵੀਓ ਸਵਰਗਵਾਸੀ ਆ ਚੈਰੀ
ਬਾਦਸ਼ਾਹ ਦੀ ਯਾਦ ਨੂੰ ਸਮਰਪਿਤ ਕਿਤੇ ਵੱਡਾ ਖੇਡ ਮੇਲਾ ਭਗਵਾਨਪੁਰ ਦੀ ਧਰਤੀ ਦੇ ਉੱਤੇ ਕਿਤੇ ਖੇਡਿਆ ਜਾਣਾ ਜਿਹਦੇ ਸੰਗਰੂਰ ਦੀਆਂ ਕਿਤੇ ਗੱਲਾਂ ਨੇ। 48 ਟੀਮਾਂ ਟੋਟਲ ਐਂਟਰ ਕੀਤੀਆਂ ਜਾਣੀਆਂ 23, 24, 25, 26 ਮਈ ਕਿਤੇ ਵੱਡਾ ਖੇਡ ਮੇਲਾ। ਪਹਿਲਾ ਪ੍ਰਾਈਜ ਕਿਤੇ 51,000 ਦਿੱਤਾ ਜਾਵੇਗਾ ਔਰ ਦੂਸਰੇ ਪ੍ਰਾਈਜ ਕਿਤੇ 35,000 ਦੀ ਗੱਲ ਹੋਈ ਹੈ ਤੇ 7,100 ਔਰ ਕਿਤੇ ਇੱਥੇ ਪ੍ਰਾਈਜ ਦਾ 3100 ਦੇ ਵੱਡੇ ਮਾਨ ਸਨਮਾਨ ਦਿੱਤੇ ਜਾਣੇ ਆ। ਬਾਹਰਲੇ ਪਲੇਅਰ ਨੂੰ ਮੋਟਰਸਾਈਕਲ ਨਵਾਂ ਦਿੱਤਾ ਜਾਵੇਗਾ ਔਰ ਪਿੰਡ ਵਾਲੇ ਖਿਡਾਰੀ ਨੂੰ ਕਿਤੇ ਮੋਡੀਫਾਈ ਟਰੈਕਟਰ ਔਰ ਕਿਤੇ ਦਿੱਤਾ ਜਾਣਾ। ਕੱਲਾ ਹੋਣਗੇ ਕਿਤੇ ਮੇਰੇ ਵੀਰ ਭਗਵਾਨਪੁਰ ਦੇ ਕਿਤੇ ਵੱਡੇ ਖੇਡ ਮੇਲੇ ਦੀਆਂ ਬੰਟੀ ਪ੍ਰਧਾਨ ਵੀ ਸਾਡੇ ਜਿਹੜੇ ਕਦੇ ਵੱਡੇ ਖੇਡ ਮੇਲੇ ਦੀ ਵੱਡੀ ਜ਼ਿੰਮੇਵਾਰੀ ਸਾਡੀ ਬੈਠੇ ਆ ਤੇ ਨਾਲ ਕਦੇ ਸਾਡਾ ਸੁਖਪਾਲ ਬਾਈ ਉਹਨੇ ਵਰਗੇ ਵੀਰ ਸਾਡੇ ਰਮਨ ਵਰਗੇ ਭਰਾ ਨੂੰ ਸਾਡੇ ਔਰ ਕਿਤੇ ਸਧਾਰਨ ਪਰ ਕਲਾਬ ਗੋਡਲਾ ਡਾਕਟਰ ਕਾਕਾ ਸ਼ੇਅਰ ਕਰ ਦੋ ਬਾਈ ਮਾਰ ਕੀਤਾ ਜਾ ਸਕਦਾ ਔਰ ਸਾਹਮਣੇ ਪਾਰ ਕਰਨ ਦੇ ਲਈ ਆਏ ਕਹਿੰਦੇ ਪੁੱਤਰਾਂ ਦਾ ਮੁੰਡਾ ਗੋਪੀ ਵੀ ਕਰਗਲ ਲਾ ਜਾਂਦੇ ਔਰ ਸਾਹਮਣੇ ਕਹਿੰਦੇ ਪੁੱਤਰਾਂ ਦਾ ਮੁੰਡਾ ਪਰ ਰੰਤਰੇ ਮੰਡੀ ਵਾਲਾ ਕਹਿੰਦੇ ਛੱਡੇ ਮਾਰੀ ਦੁਰੇ ਆਉਂਦਾ ਖੇਡ ਮੈਦਾਨ ਦੇ ਵਿੱਚ ਲੈ ਵੀ ਪ੍ਰੀਤ ਪੁੱਤਰਾ ਗੋਪੀ ਕਹਿੰਦਾ ਵੀ ਬੁਲਾਰੇ ਝੂਠ ਬੋਲਦੇ ਆ ਵੀ ਇਹਨੇ ਪੰਜਾਬ ਲਾਈਟ 24 ਤੇ ਪੰਜਾਬ ਲਾਈਟ 24 ਤੇ ਚੱਲਦਾ ਬਹਾਦਰਪੁਰ ਦੇ ਕੱਪ ਦਾ ਇੱਕ ਨਵੇਂ ਮੋਟਰਸਾਈਕਲ ਲੱਗ ਦੇ ਜੇਤੂਗਾ ਕਦੇ ਕਹਿ ਸਕਦਾ ਵੀ ਹੋਰ ਜਿੱਤਿਆ ਮੁੰਡੇ ਨੇ ਗੱਲਾਂ ਬਾਤਾਂ ਲਾਈਆਂ ਟਿਕਾਣੇ ਵੀ ਹੁੰਦੇ ਖੁੱਲੇ ਪੈਸੇ ਮੈਂ ਵੀ ਘੁੰਮਣ ਲਈ ਆਉਂਦਾ ਲੁੱਟਦਾ ਨਜ਼ਾਰੇ ਪਰ ਮਰਜ਼ੀ ਨਾਲ ਜਿਉਂਦਾ ਚੱਕਰਾਣਾ ਪੈਂਦਾ ਪਿਆਰ ਉੱਤੇ ਕਰਜ਼ਾ ਹੁੰਦਾ ਜੇ ਪੰਜਾਬ ਮੇਰਾ ਚੰਗਾ ਸਰਦਾ ਵੀ ਹੁੰਦਾ ਨਾ ਮੈਂ ਦੂਰ ਕਦੇ ਪਿੰਡ ਮੇਰੇ ਤੋਂ ਚੱਲ ਆਇਆ ਜਹਾਜ਼ ਬਦ ਨਸੀਬੀ ਕਰਕੇ ਪੈ ਗਿਆ ਪੰਜਾਬ ਮੈਂ ਨਹੀਂ ਛੱਡਣਾ ਇੱਕ ਚੰਦਰੀ ਗਰੀਬੀ ਕਰਕੇ ਵੀ ਪੈ ਗਿਆ ਪੰਜਾਬ ਮੈਂ ਨਹੀਂ ਛੱਡਣਾ ਇੱਕ ਚੰਦਰੀ ਗਰੀਬੀ ਕਰਕੇ ਪਰ ਸਾਹਮਣੇ ਮਾਲ ਪੈ ਗਈ ਆ ਚੁੱਟੀ ਦੀ ਮੁੰਡੇ ਨੇ ਕਦੇ ਤਾਂ ਦਿੱਤੀ ਹੈ ਸੁਰੇ ਦੀਆਂ ਮਾਲਾਂ ਨਵੇਰੇ ਵਾਲੇ ਚਾਹੀਦੇ ਆ ਤੁਹਾਨੂੰ ਪਤਾ ਲੁਧਿਆਣੇ ਵਾਲਾ ਕਿਵੇਂ ਚੁਰਕੇ ਛੱਕੇ ਮਾਰਦਾ ਔਰ ਤੁਹਾਨੂੰ ਪਤਾ ਵੀ ਕੈਸਾ ਬਿਨ ਬਿਨ ਕੇ ਛੱਕੇ ਲਾਉਂਦਾ ਔਰ ਕਦੇ ਮਾਝੀ ਵਾਲਾ ਖੋਦਾ ਕਦੇ ਅੱਤ ਕਰਵਾਉਂਦਾ ਮੈਨੂੰ ਆ ਵਾਸਤੇ ਜਿਹਨੇ ਨਾ ਟਗੇਰੇ ਜਿੱਤਿਆ ਹੋਇਆ ਉਹ ਵੇਖ ਮੁੰਡਾ ਕਦੇ ਬੱਲੇ ਬੱਲੇ ਕਰਾਉਂਦਾ ਅਨੇਕਾਂ ਬਾਹਰ ਮੋਟਰਸਾਈਕਲ ਜਿੱਤੇ ਕਦੇ ਕੁੰਡਲ ਦੇ ਵਿੱਚ ਮੋਟਰਸਾਈਕਲ ਜਿੱਤਿਆ ਮਨਵੀਰ ਵਾਲਾ ਦੇ ਪਿੰਡ ਦਾ ਮੁੰਡੇ ਨੇ ਉਹ ਚਰਚੇ ਕਰਾਇਆ ਉਧਰ ਭਰਾ ਸਾਡੇ ਕਹਿੰਦੇ ਆ ਸ਼ਹਿਰੀ ਨਿਰਮਾਣ ਨਾਲ ਹਰਮਨ ਨਿਰਮਾਣ ਉਹ ਕਹਿੰਦੇ ਵੀ ਹਰਜੋਤ ਲੈ ਵੀ ਲੱਖੇ ਵਾਲੀ ਆ ਨਾਲ ਹੈਪੀ ਵੀ ਛੋਟੇ ਛੇ ਛੇ ਛੱਕੇ ਲਗਾਤਾਰ $50 ਦੇ ਹੋਣੇ ਆ ਆਸਟ੍ਰੇਲੀਆ ਵਾਲੇ $50 ਦੇ ਹੋਣੇ ਆ ਕਦੇ ਉਮਰ ਸਮਾਪਤ ਹੋ ਗਿਆ ਕਹਿੰਦੇ ਮੇਰੇ ਵੀਰ ਵਿਦੇਸ਼ਾਂ ਦੇ ਮਿੱਤਰ ਪਟਾਵਾ ਭੇਜਦੇ ਭਰਾ ਸਾਡੇ ਕਿਧਰਾਂ ਦੇ ਔਰ ਕਹਿੰਦੇ ਫੇਰ ਮੈਚ ਖੇਡਿਆ ਜਾਣਾ ਜਲਦੀ ਜੇਤੂ ਦਾ ਬਾਅਦ ਲੈਣਾ ਜੇਤੂ ਦਾ ਬਾਅਦ ਜੇਤੇ ਦੀ ਬਾਅਦ ਸੁਣਦੇ ਆ ਹਾਂ ਜ਼ਿਆਦਾ ਬਾਕੀ ਜਲਦੀ ਨਾਲ ਜਾਣਗੇ ਜੇਤੂ ਬਾਲ ਦਾ
ਜੇਤੂ ਦੇ ਬਾਲ ਦਾ ਚੱਲ ਪਿਆ ਚੱਲ ਪਿਆ ਵੀਰੇ ਫੋਨ ਆ ਗਿਆ ਜੀ ਮੋਟਰਸਾਈਕਲ ਸਿੰਗਲ ਬੇਗੜ ਦੇ ਵਿੱਚੋਂ ਜਿੱਤਿਆ ਹੋਇਆ ਤੇ ਇੱਕ ਮੋਟਰਸਾਈਕਲ ਬਾਈ ਦਮਨ ਸਿੱਧੂ ਹੋਣੀ ਯੂਐਸਏ ਵਾਲੇ ਨੇ ਤੇ ਨਾਲ ਹਰਪ ਚੱਟੇ ਹੋਣੀ ਉਹਨਾਂ ਦੇ ਪਿੰਡ ਤੋਂ ਕਿਹੜੇ ਨੌ ਨੰਬਰ ਜੱਥੇ ਤੋਂ ਜਿੱਤਿਆ ਨਕੋਦਰ ਦਾ ਇਲਾਕਾ ਹੈ ਜਿਹੜਾ ਮੁੰਡਾ ਕਹਿੰਦੇ ਬਾਲਾ ਮਾਰਿਆ ਤਿੰਨ ਮੋਟਰਸਾਈਕਲਾਂ ਦਾ ਜਿਹੜਾ ਤਿੰਨ ਮੋਟਰਸਾਈਕਲਾਂ ਦਾ ਖੇਡੂ ਹੈ ਗੱਭਰੂ ਕਹਿੰਦੇ ਕਾਕਾ ਦੇ ਨਾਮ ਸੁਣਦਾ ਹੁਣ ਕਹਿੰਦੇ ਕਮੇਟੀ ਦੇ ਕੋਲ ਆ ਕੇ 1100 ਦੇ ਖੱਡੇ ਮਾਨ ਸਨਮਾਨ ਜਿਹੜਾ ਲਜਵੇ ਤੇਰੀ ਛੱਕਿਆ ਦੋਤੂ ਤੇ ਸ਼ੂਜ ਵੀ ਦਿੱਤੇ ਜਾ ਰਹੇ ਆ ਅੱਜ ਕਹਿੰਦੇ ਮਾਨ ਸਾਨੂੰ ਯਾਰਾਂ ਤੋਂ ਜਿਹੜੇ ਔਖੇ ਵੇਲੇ ਨਾਲ ਖੜੇ ਫੱਟੇ ਚੱਕ ਦੇਣਗੇ ਨੀ ਰਨ ਲਵਾ ਲਾ ਮੈਂ ਉਧਰੋਂ ਲਵਾ ਲਾ ਕਈ ਜਾਣ ਲੋਕਾਂ ਨੇ ਉਂਗਲਾ ਕਰਨ ਲੱਗ ਜਾਣਾ ਨਾ ਜਾਂਦਾ ਲੁਧਿਆਣੇ ਵਾਲਿਆ ਉਹਨੇ ਪਿੱਟ ਨੂੰ ਕੰਦਰੀ ਪੈਰੀ ਉਹ ਸਵਾਦ ਫੇਰ ਆਉਣਾ ਪਰ ਟੱਕਰ ਫੁੜ ਕੇ ਚੋਟੀ ਦੀਆਂ ਗੋਪੀ ਨੂੰ ਕਰ ਗਿਆ ਮੁੰਡਿਆਂ ਦੀ ਕਦੇ ਗੁਰਗਾਓਂ ਦੇ ਵਿੱਚ ਡੇਰੇ ਆ ਮੁੰਡੇ ਦੇ ਤੇ ਚਾਚੇ ਕਦੇ ਹੁੰਦੇ ਆ ਤੇ ਦਾਲ ਪਾਉਂਦੀ ਕਦੇ ਚਾਰ ਮੁੰਡਾ ਕਦੇ ਫਿਰ ਤੋਂ ਜਿਹੜਾ ਤਿਆਰ ਹੋ ਕੇ ਆਉਣਾ ਹੈ ਕਹਿੰਦੇ ਗੱਭਰੂ ਦਾਲ ਪਾਉਂਦੇ ਨੀ ਕਦੇ ਫਿਰ ਤੋਂ ਤਿਆਰ ਵਰਤਾਰ ਖੇਡ ਦੇ ਮੈਦਾਨ ਦੇ ਵਿੱਚ ਮੇਰੀ ਫਿਰ ਉਹਦਾ ਭਰਾ ਇਹ ਕਹਿੰਦੇ ਦੀਜਾ ਸਾਡਾ ਵੱਡਾ ਤੇ ਬਹੁਤੀ ਥੋੜੀ ਟੈ ਕਰਕੇ ਆਇਆ ਇਹਨਾਂ ਖੇਡ ਗਰਾਊਂਡਾਂ ਦਾ ਸ਼ਿਕਾਰ ਇਹਨਾਂ ਖੇਡ ਗਰਾਊਂਡਾਂ ਦੇ ਵਿੱਚ ਜਿਹੜਾ ਕਹਿੰਦੇ ਆਪਣੀ ਕਲਾ ਦੇ ਯਾਰ ਬਣਾਉਣਾ ਜੇ ਕਿਸੇ ਭਰਾ ਨੇ ਹੈਲਪ ਕਰਨੀ ਤੇ ਉਹ ਵੀ ਕਰ ਸਕਦਾ ਕਿਉਂਕਿ ਮੰਗਣ ਨਾਲੋਂ ਕਿਰਤ ਕਰਨੀ ਇੱਕ ਬਹੁਤ ਵੱਡੀ ਚੀਜ਼ ਹੈ ਮੰਗ ਕੇ ਖਾਣ ਵਾਲੇ ਬੰਦਾ ਭਾਵੇਂ ਥੋੜਾ ਕੰਮ ਕਰ ਲਵੇ ਉਹ ਚੰਗਾ ਹੁੰਦਾ ਤੇ ਭਰਾ ਕਹਿੰਦੇ ਨਾ ਖੇਡ ਗਰਾਊਂਡਾਂ ਦੇ ਵਿੱਚ ਬੁਲਟ ਮੋਟਰਸਾਈਕਲ ਖਿੱਚਦਾ ਚਾਰ ਪੰਜ ਬੰਦੇ ਬਿਠਾ ਕੇ ਤੇ ਸਾਰੇ ਵੀਰਾਂ ਨੂੰ ਹੱਥ ਬੰਨ ਕੇ ਦੀ ਅਪੀਲ ਆ ਵੀ ਵੀਰ ਨੇ ਚੌਰ ਵੇਖਣ ਤੋਂ ਬਾਅਦ ਇਸ ਭਰਾ ਦਾ ਮਾਣ ਸਨਮਾਨ ਲਈ ਗੁਰਪ੍ਰੀਤ ਆਪਾਂ ਜ਼ਰੂਰ ਕਰਨਾ ਵੱਡਾ ਧੰਨਵਾਦ ਸਾਰੇ ਵੀਰਾਂ ਦਾ ਬਾਕੀ ਵੱਡਾ ਕਦੇ ਧੰਨਵਾਦ ਲੁਧਿਆਣੇ ਦਾ ਕਦੇ ਗਾਰਬ ਕਦੇ ਬਾਲ ਪਾਉਂਦੇ ਲਈ ਜਿਹੜਾ ਤਿਆਰ ਵਰਤਿਆਰਾ ਬਠਿੰਡੇ ਵਾਲਾ ਕਹਿੰਦੇ 5-6 ਮੋਟਰਸਾਈਕਲਾਂ ਦਾ ਜਿੱਤਣ ਲੱਗੀ ਸੌਣ ਵਾਲੇ ਆ ਮੈਗਜ਼ੀਨ ਦੇ ਬਾਅਦ ਜਮੀ ਥੱਲੇ ਵਾਗੀ ਆਉਣਾ ਮਰਜ਼ੀ ਹੈ ਤੇਰੀ ਆ ਮੈਗਜ਼ੀਨ ਬਾਤ ਉਹਦੇ ਬਿਲਕੁਲ ਨੀਚੇ ਵਾਗੀ ਹੈ ਮਰਜ਼ੀ ਹੈ ਤੇਰੀ ਨਜ਼ਰਾਂ ਆਹ ਚਾਚੇ ਕਹਿੰਦੇ ਹੁੰਦੇ ਭਾਅ ਸਾਡਾ ਪੁੱਜਿਆ ਯਾਦ ਕਹਿ ਸਕਦਾ ਵੀ ਗੱਲਾਂ ਟਿਕਾਣੇ ਲਾਓ ਤੇ ਸਾਹਮਣੇ ਕਹਿੰਦੇ ਗਾਰ ਇਹ ਮੁੰਡਾ ਡਾਕਟਰ ਬਠਿੰਡੇ ਵਾਲਾ ਬੱਡੇ ਵਾਲ ਕਰ ਰਿਹਾ ਵੀ ਜੋ ਤਾਂ ਤੇਰੇ 6 ਛੱਕੇ ਜਿਹੜੇ 50 ਡਾਲਰਾਂ ਦੇ ਹੋਏ ਤੇਰੇ 6 ਛੱਕੇ ਜਿਹੜੇ 50 ਡਾਲਰਾਂ ਦੇ ਦਿੱਤੇ ਜਾ ਰਹੇ ਕਿਤੇ ਖੇਡ ਦੇ ਮੈਦਾਨ ਦੇ ਵਿੱਚ ਵੀ ਜੇ ਹੁੰਦਾ ਸਭ ਕੁਝ ਪੈਸਾ ਤੇਰੇ ਰੋਂਦੇ ਨਾ ਹੁੰਦੇ ਗੋਲੀਆਂ ਖਾ ਕੇ ਲੱਖਾਂ ਵਾਲੇ ਸੌਦੇ ਨਾ ਹੁੰਦੇ ਵੀ
ਮਾਂ ਵਰਗੇ ਕਦੇ ਮਾਸੀ ਤੇ ਦਰਾਸੇ ਨਹੀਂ ਮਿਲਦੇ, ਪਰ ਚੀਜ਼ਾਂ ਮਿਲਦੀਆਂ ਪੈਸੇ ਨਾਲ, ਕਦੇ ਵੀ ਹਾਸੇ ਨਹੀਂ ਮਿਲਦੇ ਵੀ ਚੀਜ਼ਾਂ ਮਿਲਦੀਆਂ ਪੈਸੇ ਨਾਲ, ਪਰ ਕਦੇ ਵੀ ਹਾਸੇ ਨਹੀਂ ਮਿਲਦੇ ਨਾਲ ਸਾਹਮਣੇ ਕਦੇ ਮੁੰਡਾ ਕਮਾਲ ਕਰੀ ਆਉਂਦਾ ਬਠਿੰਡੇ ਵਾਲਾ, ਆਓ ਕਦੇ ਮੇਰੇ ਵੀਰ ਚੋਟੀ ਦੇ ਛੱਕੇ ਮਾਰੀ ਤਰੇ ਆਉਂਦਾ ਫਿਰ ਦੇ ਗਰਾਊਂਡ ਦੇ ਅੰਦਰ ਅੰਦਰ ਛੇ, ਆਓ ਕਦੇ ਕਬਰੂ ਨੇ ਜਿਹੜੇ ਜੋਰ ਦਿੱਤੇ ਆਪਣੀ ਟੀਮ ਦੇ ਲਈ ਖੇਡ ਦੇ ਮੈਦਾਨ ਦੇ ਅੰਦਰ, ਉਮਰ ਸਮਾਪਤ ਹੋ ਗਿਆ ਲਹਿਮੇ ਰੁਪਏ ਦੀ ਜੀ, ਜੋ ਇਸ਼ਾਰਾ ਜੀ ਕਿੰਨੇ ਬਣ ਗਏ ਹੈ, 99 ਬਣ ਗਿਆ, 5 ਓਵਰਾਂ ਤੋਂ ਬਾਅਦ ਕਿਤੇ ਕੈਮਰੂ ਵਧੀਆ ਲਾਸਟ ਓਵਰ ਪਾਉਣ ਦੇ ਲਈ ਪਾਂਡੇ ਕਾਦੂ ਹੋਰ ਨੌਜਵਾਨ ਕਦੇ ਆਵੇਗਾ, ਲਾਸਟ ਕਦੇ ਕਿਹੜਾ ਨੌਜਵਾਨ ਕਦੇ ਲਾਸਟ ਓਵਰ ਦੀ ਹਵਾਲਾ ਪਾਵੇਗਾ, ਗੱਲ 99 ਜਾਂ ਵੱਧਣੇ ਦੀ ਹੋ ਰਹੀ ਹੈ, ਪਰ ਮੁੰਡੇ ਕਿਹੜੇ ਖੇਡ ਦੇ ਮੈਦਾਨ ਦੇ ਵਿੱਚ 99 ਰਨ ਬਣਾ ਗਏ ਹੈ, ਹਰ ਕਦੇ ਬਾਲ ਪਾਉਣ ਦੇ ਲਈ ਚੁੱਪਰ ਕਦੇ 4 ਓਵਰ ਤੇ ਰਣ ਵੀ ਵੱਡੇ ਭਾਈ, ਇਨਿੰਗ ਸਮਾਪਤ ਹੋਣ ਤੇ ਫਿਰ ਖੜ ਜਾਓ ਗਰਾਊਂਡ ਕੋਈ ਭੱਜ ਗਿਆ ਅੱਗੇ ਗਿਰ ਗਿਆ ਤੇ ਥੋੜੇ ਵੀ ਸੱਟ ਲੱਗੋ ਨਾਲੇ ਉਹਨੂੰ ਵੀ ਲੱਗਣੀ ਹੈ, ਇਹਨੇ ਫੀਲਡਿੰਗ ਲੱਗੋ, ਇਹਨਾਂ ਨੂੰ ਬੁਲਟ ਮੋਟਰਸਾਈਕਲ ਗਰਾਊਂਡ ਦੇ ਲਾਗੇ ਲਗਾ ਲਿਓ, ਹਰ ਕਦੇ ਭਰਾ ਦੇ ਚੌਰ ਵੇਖੇ ਦੇ ਨੇ, ਹਰ ਕਦੇ ਅਮਲ ਆ ਗਿਆ ਪਹਿਲਾਂ ਪਾਉਣ ਦੇ ਲਈ ਕਹਿੰਦੇ ਮੇਰੇ ਵੀਰੇ ਮਾਝੀ ਪਿੰਡ ਵਾਲਾ ਖੇਡ ਦੇ ਗਰਾਊਂਡ ਦੇ ਵਿੱਚ ਵੀ ਪਿੰਡਾਂ ਦੀ ਉਹ ਕੁੱਤਿਆਂ ਦੀ ਚਾਂਦ ਹੋ ਰਹੀ ਆ, ਜਿਹੜਾ ਕੱਢਣਾ ਹੀ ਗਾਲ ਸੱਜੀ ਭੈਣ ਦੇ ਜਿਹਨੇ ਪਿਓ ਦੀ ਦਾੜੀ ਨੂੰ ਹੱਥ ਪਾ ਲਿਆ ਗਾਉਂਦਾ ਨੀ ਮੰਨਦਾ ਖੜਾ ਇਹੋ ਜਿਹੇ ਪੁੱਤ ਕਹਿਣ ਦੇ ਵੀ ਕੌਮ ਸ਼ੁਭ ਗਾਰਮੋਂ ਕਰੇ ਉਹ ਲੈ ਕੇ ਸਹੀ ਵੀ ਲੈ ਕੇ ਦੀ ਮਾਰਕ ਤੋਂ ਸਿੱਧੇ ਸੋਹਣਿਆ ਜੋ ਮਾਮਾ ਦੀਆਂ ਸ਼ਾਪੀਆਂ ਤੇ ਮਿਲਦੀ ਦਲੇਰੀ ਤੇਰੇ ਪੈਕਟਾਂ ਦੇ ਦੁੱਧ ਕਿੱਥੋਂ ਦੇ ਦੋ ਸੋਹਣਿਆ ਜੋ ਮਾਮਾ ਦੀਆਂ ਸ਼ਾਪੀਆਂ ਤੇ ਮਿਲਦੀ ਦਲੇਰੀ ਆਓ ਤੇਰੇ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਨਾਲ ਸਾਹਮਣੇ ਕਦੇ ਚੋਟਾ ਲੈ ਵੀ ਚੋਟਾ ਆਓ ਤਾਰੀ ਫੜਦਾ ਸਰਦਾਰ ਨੀਕੂ ਸਿੰਘ ਦੀ ਵਿਦੇਸ਼ੇ ਦਾ ਕਹਿੰਦੇ ਸਪੁੱਤਰ ਤੁਹਾਡੇ ਸਾਹਮਣੇ ਆਓ ਕਦੇ ਲੱਖਿਆ ਪਿੰਡ ਦਾ ਖਿਡਾਰੀ ਮੇਰੇ ਵੀਰੇ ਆਓ ਸਾਹਮਣਾ ਕਰਦੇ ਨੀ ਕਹਿੰਦੇ 4 ਵਰ 4 ਵੀ ਪਿੰਡਾਂ ਵਿੱਚ ਦਾ ਹੋਰ ਫੈਸਲੇ ਲਾਗ ਡਾਕ ਤੇ ਚੀਕਾਂ ਦੇ ਵੀ ਪੁੱਤ ਜੱਟਾਂ ਦੇ ਸ਼ੌਕੀ ਹੁੰਦੇ ਫੁੱਟ ਫੁੱਟ ਦੇ ਜੀਪਾਂ ਦੇ ਸਾਹਮਣੇ ਕਹਿੰਦੇ ਆਪਣਾ ਬਾਲਾ ਭਰ ਰਿਹਾ ਇਹ ਮੁੰਡਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਰਹਿਰੀ ਸੇਵਕ ਲੱਕੀਆਂ ਨਾਲ ਸੰਪਰਕ ਬਣਾਉਣਾ ਨਾ ਜਾਣਾ ਪਰ ਸਾਹਮਣੇ ਕਦੇ ਇੱਕ ਰਾਉਂਡ ਦੇ ਵਾਧੇ ਆਪਣਾ ਬਾਲਾ ਭਾ ਰਿਹਾ ਕਦੇ ਆਪਣੇ ਪਿੰਡ ਦੇ ਵਿੱਚੋਂ ਕਦੇ ਐਲਈਡੀ ਜਿੱਤੀ ਹੈ ਮੁੰਡੇ ਨੇ ਜਿਹੜਾ ਕਦੇ ਬਾਲਾ ਪਾਉਂਦਾ ਪਰ ਸਾਹਮਣੇ ਕਦੇ ਬਠਿੰਡੇ ਵਾਲਾ ਡਾਕਟਰ ਪੱਤੋ ਹੀਰਾ ਸਿੰਘ ਦੇ ਮੇਲੇ ਦਾ ਮੁੰਡਾ ਨਾਟ 11 ਦਾ ਜੇਤੂ ਹੈ ਜਿਹੜਾ ਕਦੇ ਸਾਹਮਣੇ ਆ ਗਿਆ ਰਵੀ ਸਾਉਂਡ ਵਾਲਿਆ ਮਰਦੀ ਹੈ ਤੇਰੀ ਮਰਦੀ ਹੈ ਆਓ ਖੇਡ ਦੇ ਮੈਦਾਨ ਦੇ ਵਿੱਚ ਪਰ ਸਾਹਮਣੇ ਬਠਿੰਡੇ ਵਾਲਾ ਮਾਂਡਾ ਚੱਟਾਂ ਦਾ ਬਠਿੰਡਵੀ ਆਓ ਮੈਨੂੰ ਕਹਿੰਦਾ ਹਾਈ ਡਿਸਕੋ ਨਾ ਉਸ ਸਾਹਮਣੇ ਪਾਲ ਪਾਉਣ ਦੇ ਕਦੇ ਕੱਪੜੂ ਵੱਧ ਗਿਆ ਪਰ ਪਹਿਲੀ ਪਹਿਲੀ ਰਹਿੰਦੇ ਕਹਿੰਦੇ ਕਹਿਰ ਦਾ ਸੰਘਾ ਹਾਂ ਕਹਿੰਦੇ ਕੱਪੜੂ ਨੇ ਕਹਿੰਦੇ ਮਾਰ ਦਿੱਤਾ ਜਿਹੜਾ ਚੁੱਤਰ ਦੇ ਵੀ ਸੂਰਮਾ ਜਿਹੜਾ ਹੱਥ ਬਣਦੇ ਤਿਆਰ ਉਹਦੀ ਜਿੱਤ ਚੁੱਕੀ ਦੋਸਤੋ ਜਿਹੜਾ ਪਹਿਲਾਂ ਹੀ ਕਰਦਾ ਬਾਹਰ ਹਰ ਕਹਿੰਦੇ ਕਮਾਲ ਜਿਹੜੀ ਕਰ ਦਿੱਤੀ ਆਪਣੇ ਆਓ ਸਮਝ ਜਾ ਜੇ ਸਮਝਿਆ ਜਾਂਦਾ ਨਹੀਂ ਤੇ ਗੱਲ ਕਹਿੰਦੇ ਦੱਸੋ ਬਾਹਰ ਜਿਹੜੀ ਹੋ ਜਾਣੀ ਆ ਨਾ ਉਸ ਸਾਹਮਣੇ ਕਹਿੰਦੇ ਪੈ ਗਈ ਪਾਲ ਲੁਧਿਆਣੇ ਵਾਲਾ ਲੁਧਿਆਣੇ ਵਾਲਾ ਫਿਰ ਤੋਂ ਕਰਦਾ ਕਹਿੰਦੇ ਇੱਕ ਵੱਡੇ ਸ਼ਾਟ ਦੀ ਟਰਾਈ ਪਰ ਆਓ ਸੋਹਣੀਆਂ ਪਾਲਾਂ ਕਹਿੰਦੇ ਮੁੰਡਾ ਖੇਡ ਮੈਦਾਨ ਦੇ ਵਿੱਚ ਪਾਈ ਤੁਰਿਆ ਆਉਂਦਾ ਮੈਚ ਤਕੜਾ ਖੇਡਿਆ ਜਾ ਰਿਹਾ ਵੀ ਪਿੰਡ ਟੱਪ ਗਈ ਤੋਂ ਮਾਪਿਆਂ ਦੇ ਘਰ ਦੀ ਆਓ ਖੜਦੀ ਨੀ ਛੇਤੀ ਕਿਤੇ ਤੁਸੀਂ ਸੱਤ ਮੰਨੇ ਹੋ ਨਹੀਂ ਜੋ ਬੈਠ ਕੇ ਅਮਰੀਕਾ ਵਿੱਚ ਹੁੰਦੇ ਹੋ ਕੰਮ ਖਾਂਦੀ ਹੋਣੀ ਕਰਵਾ ਕੇ ਦੋ ਖੰਦੇ ਹੋ ਵੀ ਜੰਗਲਾਂ ਦੇ ਤਖ਼ਤ ਨੀ ਉਹ ਜਾਂਦੇ ਪਲਟ ਅੱਗੇ ਅੱਗੇ ਗਿੱਦੜਾਂ ਦੀ ਡਾਰ ਨੂੰ ਮਰੇ ਬੰਦੇ ਦੇ ਮੇਥੇ ਦੇ ਵਿੱਚੋਂ ਨਿਕਲੇ ਅੱਗ ਲਾਉਣੀ ਉਸ ਹਥਿਆਰ ਨੂੰ ਵੀ ਮਰੇ ਬੰਦੇ ਦੇ ਮੇਥੇ ਦੇ ਵਿੱਚੋਂ ਨਿਕਲੇ ਅੱਗ ਲਾਉਣੀ ਉਸ ਹਥਿਆਰ ਨੂੰ ਰਣ 4 ਆਊਟ ਕਿਤੇ ਖੇਡ ਦੇ ਗਰਾਊਂਡ ਦੇ ਵਿੱਚ ਜੁੜ ਗਿਆ ਵੀ ਰਣ ਜਿਹੜੇ 4 ਆਊਟ ਕਿਤੇ ਖੇਡ ਦੇ ਗਰਾਊਂਡ ਦੇ ਵਿੱਚ ਐਂਡ ਕਿਤੇ ਜੁੜ ਚੁੱਕਿਆ ਮੈਚ ਤਕੜਾ ਖੇਡਿਆ ਵੇਖੋ ਚੋਰ ਚੋਪੜਾ ਦਾ ਆਹ ਚੰਡਾ ਵੀ ਨੀ ਚੁੱਪਦਾ ਜਸਮ ਕਠੋਰ ਚੋਪੜਾ ਦਾ
ਜਿਹੜੀ ਜਵਾਨੀ ਗਰਮ ਖੂਨ ਲੜਕਾਰੇ ਪਾ ਵੱਜਦੇ ਆ ਰਾਧੇ ਖੇਲੇ ਮਰਦ ਬਦਾਨੋ ਆਹ ਤੜਕੇ ਨੀ ਭੱਜਦੇ ਵੀ ਰਾਧੇ ਖੇਲੇ ਮਰਦ ਬਦਾਨੋ ਗੁਰਪ੍ਰੀਤ ਸਿੰਘ ਤੜਕੇ ਨੀ ਭੱਜਦੇ ਕਰਦੇ ਗੱਲ ਵੱਡੇ ਦੀ ਨੌਜਵਾਨਾਂ ਵੇਖੀਏ ਮੁੰਡਾ ਖੇਡ ਮੈਦਾਨ ਦੇ ਟਾਪ ਦੀ ਆਵਾਜ਼ ਕਿਤੇ ਪਾਈ ਤੁਰੇ ਆਉਂਦਾ ਮਾਝੀ ਪਿੰਡ ਲੱਗਦੇ ਆਪਣਾ ਮੇਰੇ ਮਿੱਤਰ ਪਹਿਲਾਂ ਕੈਚ ਵੀ ਕਦੇ ਡਰਾਪ ਪਿਆ ਪਰ ਮੁੰਡੇ ਦੇ ਟਾਪ ਦੀ ਕਦੇ ਬਾਲਾਂ ਪਾਈਆਂ ਨੇ ਖੇਡ ਮੈਦਾਨ ਦੇ ਵਿੱਚ ਤੇ ਸਾਹਮਣੇ ਬਠਿੰਡੇ ਦਾ ਕਦੇ ਟੱਕਰ ਬਲਵਿੰਦਰ ਸਿੰਘ ਮੁੰਡਾ ਤਿਆਰ ਹਥਿਆਰ ਹੈ ਗੱਭਰੂ ਕਿਤੇ ਅੱਗੇ ਵੱਲ ਵੱਧ ਗਿਆ ਆਪਣਾ ਕਦੇ ਬਾਲਾ ਭਾ ਰਿਹਾ ਤੇ ਸਾਹਮਣੇ ਵੇਖੀਏ ਬਠਿੰਡੇ ਵਾਲੇ ਦਾ ਕਦੇ ਖੇਡਿਆ ਸ਼ਾਟ ਰਣ ਕਦੇ ਛੇ ਦੇ ਵਾਧੇ ਜਿਹੜੇ ਖੇਡ ਮੈਦਾਨ ਦੇ ਵਿੱਚ ਸਮਾਪਤੀ ਹੈ ਲਵੀ ਨੌਜਵਾਨਾਂ ਕਿੰਨੇ ਬਣੇ ਆ ਓਵਰ ਇਨਿੰਗ ਸਮਾਪਤ ਹੋ ਗਿਆ ਭਾਈ ਜੀ ਟਾਰਗੇਟ ਵੇਖੀ ਕਿਤੇ ਦਾ 108 ਬਣਿਆ ਤੇ 109 ਦਾ ਕਦੇ ਟਾਰਗੇਟ ਆ 109 ਸਕੋਰ ਦਾ ਟਾਰਗੇਟ ਚੌਥੇ ਓਵਰ ਦੀ ਪੰਜਵੀਂ ਬਾਲ ਤੇ ਗਰਾਊਂਡ ਦੇ ਲਾਗੇ ਕਰਕੇ ਉਸ ਭਰਾ
ਦੁਨੀਆ ਕਹਿੰਦੇ ਗੁੰਡੇ ਜਿਹਨਾਂ ਦੇ ਉੱਤੇ ਜਾਂਦੀ ਹੈ, ਮੈਚ ਤਗੜਾ ਖੇਡਿਆ ਜਾ ਰਿਹਾ ਜੀ, ਹੋਰ ਲੱਗਾ ਮੈਚ ਜੀ ਨੂੰ ਸਾਡਾ ਬੜਾ ਭੇਟ ਕਹਿੰਦੇ ਦੇਖੂ ਸਾਰਾ ਜੱਗ ਬਈ ਮਾਰ ਮਾਰ ਛਿੱਟੇ ਪੈਣੇ ਕੱਢਣਗੇ ਅੱਗ ਬਈ ਕੌਣ ਕਿੰਨੇ ਪਾਣੀ ਵਿੱਚ ਪਤਾ ਸਾਰਿਆਂ ਦਾ ਜਣਾ ਲੱਗ ਬਈ ਚਿੜੀ ਵੀ ਆਇਆ ਹੋਇਆ ਤੇ ਚਰਚੇ ਹੁੰਦੇ ਆ ਤੇ ਗੱਲਾਂ ਬਾਤਾਂ ਲੱਗਦੀਆਂ ਟਿਕਾਣੇ ਪਰ ਸਾਹਮਣੇ ਕਹਿੰਦੇ ਬਠਿੰਡੇ ਵਾਲਾ ਕਹਿੰਦੇ ਡਾਕਟਰ ਬਲਵਿੰਦਰ ਸਿੰਘ ਬਾਲਾ ਪਾਉਣ ਲਈ ਤਿਆਰ ਬਰਤਿਆਰਾ ਮੁੰਡਾ ਖੇਡ ਮੈਦਾਨ ਦੇ ਵਿੱਚ ਪਰ ਸਾਹਮਣੇ ਲੁਧਿਆਣੇ ਵਾਲੇ ਨੇ ਇੱਕ ਨੀ ਦੋ ਨੀ ਤਿੰਨ ਮੋਟਰਸਾਈਕਲ ਜਿੱਤੇ ਹੋਏ ਆ ਉਹ ਤਿੰਨ ਮੋਟਰਸਾਈਕਲਾਂ ਦਾ ਜੇਤੂ ਖਿਡਾਰੀ ਤੁਹਾਡੇ ਤਰਨਾਲ ਕਹਿੰਦੇ ਤਿਆਰ ਵਰਤਿਆਰ ਹੈ ਗੱਲਾਂ ਐਂਟਰੀ ਮੈਚਾਂ ਦੇ ਵਿੱਚ ਵੀ ਚੱਲਦੀ ਆ ਤੇ ਮੁੰਡਾ ਸਾਹਮਣੇ ਤਿਆਰ ਹੈ ਬਈ ਵਾਹ ਉਧਰ ਕਹਿੰਦੇ ਮੈਦਾਨਪੁਰ ਵਾਲਾ ਮਿਲਣ ਕਹਿੰਦਾ ਵੀ ਕਹਿੰਦਾ ਜਿੰਨੇ ਵੀ ਛੱਕੇ ਮਾਰਦਾ ਹਰ ਇੱਕ ਛੱਕਾ ਇੱਕ ਇੱਕ ਸੌ ਦਾ ਸੋਨੀ ਦਾ ਆਇਆ ਹੋਇਆ ਗੱਲਾਂ ਲੱਗਦੀਆਂ ਚਮਕੌਰ ਸਿੰਘ ਜੀ ਸਰਪੰਚ ਸਾਹਿਬ ਕਹਿੰਦੇ ਸਾਡੇ ਇਸੇ ਪਿੰਡ ਦੇ ਕਹਿੰਦੇ ਸਾਡੇ ਇਸ ਟੂਰਨਾਮੈਂਟ ਨੂੰ ਕਹਿੰਦੇ ਵੱਡਾ ਪਿਆਰ ਤੇ ਸਤਿਕਾਰ ਪਹੁੰਚਦਾ ਕਰਦੇ ਆ ਆਰ ਕਹਿੰਦੇ ਵੀ ਗੱਲਾਂ ਬਾਤਾਂ ਟਿਕਾਣੇ ਆ ਕਹਿੰਦੇ 8100 ਰੁਪਏ ਦੀ ਵੱਡੀ ਨਗਦ ਰਾਸ਼ੀ ਜਿਹੜੀ ਸਰਦਾਰ ਚਮਕੌਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਕਹਿੰਦੇ ਦਿੱਤੀ ਜਾ ਰਹੀ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਗੁਰਪ੍ਰੀਤ ਜੀ ਖਰੇ ਗੱਲ ਬਣੀ ਰਾਓ ਸਾਹਮਣੇ ਕਹਿੰਦੇ ਬਠਿੰਡੇ ਵਾਲਾ ਡਾਕਟਰ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਬਾਲਾ ਪਾਉਣ ਦੇ ਲਈ ਕਹਿੰਦੇ ਤਿਆਰ ਵਰਤਿਆਰ ਉਧਰ ਬਾਲਾ ਪਾਉਣ ਦੇ ਲਈ ਕਹਿੰਦੇ ਗੱਭਰੂ ਤਿਆਰ ਵਰਤਿਆਰ ਜਸਵੀਰ ਸਿੰਘ ਜੀ ਸਾਡੇ ਕਹਿੰਦੇ ਮੈਂਬਰ ਆ ਹਰ ਕਹਿੰਦੇ ਕਲੱਬ ਦੇ ਲਾਡੀ ਵੀ ਆ ਸਾਡਾ ਹਰ ਵੱਡਾ ਧੰਨਵਾਦ ਜਿਹਨਾਂ ਵੱਲੋਂ ਸਾਡੇ ਕਲੱਬ ਨੂੰ ਕਹਿੰਦੇ 11000 ਰੁਪਇਆ ਵੱਡੀ ਨਗਦ ਰਾਸ਼ੀ ਕਹਿੰਦੇ ਦਿੱਤੀ ਅਸੀਂ ਉਹਨਾਂ ਦਾ ਵੱਡਾ ਧੰਨਵਾਦ ਕਰਦੇ ਹਾਂ ਜਿਹੜੇ ਵੀਰ ਕਹਿੰਦੇ 6 ਓਵਰ ਆ 6 ਓਵਰ ਅੱਜ ਕਹਿੰਦੇ ਕਰਵਾਉਣ ਦੇ ਵਿੱਚ ਵੱਡਾ ਯੋਗਦਾਨ ਭਰ ਰਹੇ ਆ ਉਹਨਾਂ ਵੀਰਾਂ ਦਾ ਕਹਿੰਦੇ ਵੱਡਾ ਧੰਨਵਾਦ ਜਿਹੜਾ ਕੀਤਾ ਜਾ ਰਿਹਾ PB11CN T88 ਬੁਲਟ ਮੋਟਰਸਾਈਕਲ ਆ ਭਾਈ ਕਿਸੇ ਦਾ ਉਹ ਲਿਆਓ ਗਰਾਊਂਡ ਦੇ ਵਿੱਚ ਵੀਰੇ ਨੇ ਕਹਿੰਦੇ ਵੀ ਥੋੜੇ ਜੋਰ ਵਿਖਾਉਣੇ ਆ ਬਹੁਤਾ ਸਮਾਂ ਨੀ ਅਸੀਂ ਲੈਣਾ ਜਿਨ੍ਹਾਂ ਦਾ ਮੋਟਰਸਾਈਕਲ ਹੈਗਾ ਉਹ ਲਿਆਓ ਮੇਰਾ ਵੀਰ ਬਣ ਕੇ ਨਾਲ ਚੁਣਦੇ ਆਪਾਂ ਖੇਡ ਦੇ ਮੈਦਾਨ ਦੇ ਨਾਲ ਹਰ ਸਾਹਮਣੇ ਕਹਿੰਦੇ ਦੋ ਸੁਪਰ ਸਟਾਰਾਂ ਦੀ ਟੱਕਰ ਖੇਡ ਭਾਂਡਣ ਮੱਚਦਾ ਵੇਖਣਗੇ ਆਲਿਆਂ ਦਾ ਆ ਰਾਹ ਦੇਖੇ ਤੇ ਹੌਸਲੇ ਦੀ ਜਿੱਤ ਹੁੰਦੀ ਬਲ ਪੈਦਾ ਨੀ ਕੋਈ ਫੁੱਕੇ ਲੜਕਾਰਿਆਂ ਦਾ ਬਲ ਪੈਦਾ ਨੀ ਗੁਰਪ੍ਰੀਤ ਫੁੱਕੇ ਲੜਕਾਰਿਆਂ ਦਾ ਬਾਕੀਆਂ ਫੁੱਕੇ ਲੜਕਾਰਿਆਂ ਦਾ ਕਦੇ ਮੁੱਲ ਨੀ ਪੈਂਦਾ ਤੇ ਮਿਹਨਤ ਕਦੇ ਬੋਲਦੀ ਉਹਦੀ ਫੇਰ ਗੱਲ ਬਣਦੀ ਹੈ ਵੀ ਮਿਹਨਤ ਕਰਨੀ ਪੈਂਦੀ ਸਾਰੇ ਛੰਡ ਸਵਾਦਾਂ ਨੂੰ ਵੀ ਚੇਲੇ ਕਦੇ ਨੀ ਦਿੰਦੇ ਪਾਰਸਾ ਮਤ ਸਤਾਤਾ ਨੂੰ ਲੁਧਿਆਣੇ ਦਾ ਕਦੇ ਕਾਰਬ ਮੇਰੇ ਮਿੱਤਰ ਚੋਟੀ ਦਾ ਕਦੇ ਮਨ ਹੈ ਜਿਹੜਾ ਮੁੰਡਾ ਕਦੇ ਸਾਹਮਣੇ ਪਰ ਬਠਿੰਡੇ ਵਾਲੇ ਦਾ ਕਦੇ ਵੱਡਾ ਨਾਮ ਹੈ ਮੇਰੇ ਮਾਲ ਕਦੇ ਬਠਿੰਡੇ ਵਾਲੇ ਦਾ ਵੱਡਾ ਨਾਮ ਹੈ ਪਰ ਲੁਧਿਆਣੇ ਵਾਲਾ ਵੀ ਘੱਟ ਨੀ ਕਦੇ ਮੇਰੇ ਫਿਰ ਉਹਦੇ ਕਹਿੰਦੇ ਸਾਡਾ ਵੀ ਬੰਟੀ ਪਾਠਕ ਤੇ ਨਾਲ ਕਹਿੰਦੇ ਕਾਕਾ ਪ੍ਰਧਾਨ ਜੀ ਸਾਡੇ ਹਰ ਕਹਿੰਦੇ ਸਨਮਾਨ ਦੇ ਕਿਤੇ ਕਾਕਾ ਆਓ ਕਹਿੰਦੇ ਕਾਲਬ ਲੁਧਿਆਣੇ ਵਾਲਾ ਲਗਾਤਾਰ ਤਿੰਨ ਛੱਕੇ ਮਾਰਦੇ 500 ਦਿੱਤਾ ਜਾਵੇਗਾ ਪਰ ਸਾਹਮਣੇ ਕਹਿੰਦੇ ਰਿਵਰਸ ਆਹ ਮੁੰਡਾ ਕਹਿੰਦੇ ਹੋ ਗਿਆ ਮੇਰੇ ਵੀਰੋ ਕਦੇ ਕਦੂ ਧਰਮਕੋਟ ਫਗਵਾੜੇ ਵਾਲਾ ਰਿਵਰਸ ਖੇਡਿਆ ਕਦੇ ਕਹਿੰਦੇ ਮੇਰੇ ਵੀਰੋ ਔਰ ਰੋਪੜ ਦੇ ਮੋਨੂ ਦੀ ਗੱਲ ਕਦੇ ਹੁੰਦੀ ਆ ਪੂਰੀ ਦੁਨੀਆਂ ਦੇ ਕਦੇ ਕਦੇ ਕੈਂਪਰ ਦੇ ਗੋਲ ਦੀ ਵੀ ਗੱਲਾਂ ਚੱਲਦੀਆਂ ਪੂਰੀ ਦੁਨੀਆਂ ਕਦੇ ਰਿਵਰਸ ਮਾਰਨ ਲੱਗ ਗਈ ਆ ਆਏ ਕਦੇ ਬਠਿੰਡੇ ਵਾਲਾ ਆਓ
ਹਰਵੇ ਦਾ ਪਹਿਲਾ ਸੈਮੀ ਹਫ਼ਤਾ ਹੈ ਨਨਹੇੜੇ ਦਾ, ਨਨਹੇੜੇ ਦਾ ਵਿੱਕੀ ਦਾ ਪਹਿਲਾ ਸੈਮੀ ਆ, ਸਿਰਾ ਕਰਾਈ ਦਰਿਆ ਵੀ ਬੰਨ ਟੁੱਟ ਕੇ ਆ ਗਏ ਨੇ ਦਰਿਆਵਾਂ ਦੇ, ਕੱਲ ਸੁਨੇਹੇ ਆਏ ਨੇ ਕਾਵਾਂ ਦੇ, ਬੈਰੀ ਬਣਿਆ ਫਿਰੇ ਚਾਰ ਸਵੇਰਾ ਵੀ ਪਿੰਡ ਮੋਮ ਦਾ ਹਲੇ ਏਕਾ ਬਥੇਰਾ ਵੀ ਅੰਦਰ ਵੜ ਕੇ ਨਿਤ ਨਿਤ ਪਾਸਾ ਮਰਨਾ ਨੀ ਸਾਹਮਣੇ ਕਦੇ ਤਿਆਰ ਖੇਡ ਮੈਦਾਨ ਦੇ ਵਿਚ ਵੇਖ ਲੰਘ ਵਾਲੇ ਗੱਭਰੂ ਫਿਰ ਤੋਂ ਤਿਆਰ ਅਗਰ ਤਿਆਰ ਕਹਿੰਦੇ ਖੇਡ ਦੇ ਮੈਦਾਨ ਦੇ ਵਿਚ ਉਹਦੇ ਕਹਿੰਦੇ ਵੀ ਭੰਗੜੇ ਕੋਚ ਵਾਲੇ ਕਹਿੰਦੇ ਉਸਤਾਦ ਜੀ ਪਾਉਂਦੇ ਆ ਲਾਡੀ ਵਰਗੇ ਵੀਰ ਆ ਸਾਡੇ ਜਿਹੜੇ ਭਰਾ ਕਹਿੰਦੇ ਹੱਥ ਮਰਵਾਈਟਰ ਆਉਂਦੇ ਆ ਆਓ ਕਹਿੰਦੇ ਮੇਰੇ ਵੀਰ ਫਾਰਮ ਲੁਧਿਆਣੇ ਵਾਲੇ ਦੇ ਕਹਿੰਦੇ ਕੱਲੇ ਕੱਲੇ ਛੱਕੇ ਦੇ ਉੱਤੇ ਬੇਟਾ ਮਾਣ ਕਹਿੰਦੇ ਪਹੁੰਚਦਾ ਕਰਦੇ ਵੀਰ ਸਾਡੇ ਇਹਨਾਂ ਭਰਾਵਾਂ ਨੇ ਕਹਿੰਦੇ ਬੇਟਾ ਧਰਵਾ ਜਿਹੜਾ ਵਿਸ਼ੇ ਧਰਨ ਤੇ ਕੀਤਾ ਜਾ ਰਿਹਾ ਆਓ ਕਹਿੰਦੇ ਲੁਧਿਆਣੇ ਵਾਲਾ ਤਿੰਨ ਛੱਕੇ 500 ਦੇ ਕਹਿੰਦੇ ਦਿੱਤੇ ਜਾਣਾ ਲਗਾਤਾਰ ਲਾਡੀ ਬਾਈ ਕਹਿੰਦਾ 500 ਮੇਰੇ ਵਾਲੀ ਵੀ ਪੈਸੇ ਪੈਸੇ ਦੇ ਕੀ ਲੁੱਫਾ ਮਾਰਦੀ ਆ ਭਾਜਾ ਭਾਜਾ ਦੀ ਚਦਾਰ ਪੜਾਏ ਦਾ ਸਾ 25 ਸਾਲ ਦੀ ਮੁਟਿਆਰ ਸੋਹਣੀ 70 ਸਾਲ ਦੇ ਬੁੱਢੇ ਨਾ ਗੋਡੇ ਨੂੰ ਕੋਈ ਵੀ ਖਿਡਾਰੀ ਆਊਟ ਕਰ ਦਿੱਤੇ ਉਹਨੂੰ ਬੂਟ ਦੇ ਨਾਲ ਔਰ ਕਹਿੰਦੇ ਸਲਾਮ ਦਿੱਤੇ ਜਾ ਰਹੇ ਆ ਕਹਿੰਦੇ ਗੱਲਾਂ ਟਿਕਾਣੇ ਲੱਗਣਗੀਆਂ ਪਿੰਡਾਂ ਵਾਲਾ ਕਹਿੰਦੇ ਆਊਟ ਕਰਦਾ ਤੇ ਨਾਲ ਕਹਿੰਦੇ ਮੇਰੇ ਵੀਰ ਦੇ ਗੌਰਵ ਲਗਾਤਾਰ ਤਿੰਨ ਛੱਕੇ ਮਾਰਦਾ ਉਹਦੇ ਉੱਤੇ ਕਹਿੰਦੇ ਕਿੱਦਾਂ ਬਈ ਕਹਿੰਦਾ ਵੀ 1100 ਮੇਰੇ ਵੱਲੋਂ ਕਰ ਦੇ 500 ਰੁਪਇਆ ਬੰਟੀ ਪੱਠ ਤੋਂ ਔਰ ਨਾਲ ਕਹਿੰਦੇ ਲਾਡੀ ਬਾਈ ਕਹਿੰਦਾ ਵੀ 1100 ਸਾਡੇ ਵੱਲੋਂ ਕਰ ਦੇ ਤੇ 2200 ਰੁਪਇਆ ਔਰ ਕਹਿੰਦੇ ਦਿੱਤਾ ਜਾਂਦਾ ਗੱਲ ਹੋ ਗਿਆ ਟਿਕਾਣੇ ਕਹਿੰਦੇ ਖੇਡ ਦੇ ਗਰਾਉਂਡਾਂ ਦੀਆਂ ਸਾਹਮਣੇ ਪੈ ਗਈ ਕੈਚ ਛੱਡ ਦਿੱਤਾ ਲੈ ਵੀ ਮੋਟਿਆ ਕੈਚ ਨੀ ਮੈਚ ਛੱਡਿਆ ਕੈਚ ਨੀ ਮੈਚ ਛੱਡਿਆ ਨਾ ਜਾਂਦਾ ਆ ਕੈਚ ਨੀ ਆ ਤੇ ਮੈਚ ਛੱਡਦਾ ਤੇ ਹੁਣ ਤੇ ਗਲਤੀਆਂ ਵੱਡੀਆਂ ਹੋ ਗਈਆਂ ਤੇ ਚਰਤੇ ਹੋ ਗਿਆ ਲੈ ਵੀ ਪਠੇੜੇ ਵਾਲਾ ਸਮਝਾਣਾ ਕੀਪਰ ਨੂੰ ਜੇ ਉਨੀਆਂ ਕੀਆਂ ਹੋ ਗਈਆਂ ਕੁਆਲਿਟੀ ਘਟ ਗਈ ਫੋਨ ਆ ਗਿਆ ਕਿਸੇ ਪਾਸੇ ਮੁੜਨ ਦੀ ਲੋੜ ਨੀ ਔਰ ਚਰਚੇ ਹੋ ਜਾਂਦੇ ਆ ਮੈਂ ਸੈੱਟ ਕਰ ਲੱਗਿਆ ਇਧਰ ਕੁਆਲਿਟੀ ਘਟ ਰਹੀ ਮੁੰਡਾ ਕਹਿੰਦੇ ਭਦੇਸ਼ੇ ਪਰਿਵਾਰ ਦਾ ਜੋਤ ਕਹਿੰਦੇ ਵਾਲਾ ਭਰ ਲੱਖਿਆ ਪਿੰਡ ਵਾਲਾ ਔਰ ਚਰਚੇ ਹੁੰਦੇ ਆ ਜਿੱਥੋਂ ਸੰਗਰੂਰ ਜ਼ਿਲ੍ਹਾ ਚੱਲ ਲੈਣਾ ਆ ਮੁੰਡਾ ਉਸ ਪਿੰਡ ਤੋਂ ਚੱਲ ਕੇ ਆਇਆ ਲਗਾੜੇ ਉਧਰ ਕਹਿੰਦੇ ਮੇਰੇ ਵੀਰ ਅਮਰਤ ਸੇਖੋ ਬਾਈ ਕਹਿੰਦਾ ਸਦਰਪੁਰੀਆ ਜੇ ਗੌਰਵ ਮੈਚ ਜਿਤਾਉਂਦਾ ਤੇ 500 ਰੁਪਏ ਕਹਿੰਦੇ ਅਮਰਤ ਭਰਾਵਾਂ ਨਾਲ ਵੱਲੋਂ ਦਿੱਤਾ ਜਾਣਾ ਐਨ ਵੱਡਾ ਧੰਨਵਾਦ ਫੰਡੇ ਫਿਲ ਵਾਲੇ ਵੀਰ ਆ ਸਾਡੇ ਐਨ ਗੱਲਾਂ ਕਹਿੰਦੇ ਟਿਕਾਣੇ ਲਾ ਦਿੱਤੀਆਂ ਨਾ ਉਸ ਸਾਹਮਣੇ ਚੋਟ ਦੀਆਂ ਪਾਲਾਂ ਪੈਂਦੀਆਂ ਮੇਰੇ ਵੀਰ ਖੇਡਦੇ ਮੈਦਾਨ ਦੇ ਅੰਦਰ ਵੀ ਸਿਰ ਨਾਲੋਂ ਉੱਚੇ ਕਿਰਦਾਰ ਨਹੀਂ ਉਮਰਦੇ ਮੇਲਿਆਂ ਤੋਂ ਮੁੱਲ ਕਿਤੇ ਵੀ ਸਰਦਾਰ ਨਹੀਂ ਉਮਰਦੇ ਆਓ ਸਰਦਾਰੀ ਕਹਿਣਾ ਤੇ ਲੋਕਾਂ ਨੂੰ ਕਹਿਣਾ ਆ ਕਹਿੰਦੇ ਲੱਖਿਆ ਪਿੰਡ ਦਾ ਚੋਟ ਰਵੀ ਗੁਰਪ੍ਰੀਤ ਬਾਲਾ ਪਾਉਣ ਦੇ ਲਈ ਗੱਭਰੂ ਫਿਰ ਕਹਿਣਾ ਬਾਕੀ ਫੇਰ ਕਿਤੇ ਕਹਿਣਾ
ਲੁਧਿਆਣੀਆਂ ਲੁਧਿਆਣੀਆਂ ਹਰਮਨ ਨਿਰਮਾਣ ਕਹਿੰਦਾ ਜੇ ਮੋਟਾ ਇੱਕ ਕੈਚ ਹੋਰ ਛੱਡਦਾ ਤੇ 200 ਦੇ ਵੱਡੇ ਮਾਨ ਪਾਉਂਦੇ ਉਹ ਗੱਲਾਂ ਬਾਤਾਂ ਕਿਤੇ ਲੱਗਦੀਆਂ ਟਿਕਾਣੇ ਚਰਚੇ ਕਦੇ ਹੁੰਦੇ ਆ ਉਧਰ ਕਦੇ ਭਰਾ ਏ ਸਾਡਾ ਗੱਲਾਂ ਬਾਤਾਂ ਹੁੰਦੀਆਂ ਪਰ ਸਾਹਮਣੇ ਕਦੇ ਜੋਤ ਨੇ ਸਿਰਾ ਕਰਾਇਆ ਹੋਇਆ ਜਿਤੇ ਜੋਤ ਕਹਿੰਦਾ ਲਵੀ ਪੰਡਤਾ ਵੀ ਸਿਰਾ ਹੋ ਜਾਣਾ ਔਰ ਗੱਲਾਂ ਬਾਤਾਂ ਲੱਗਣੀਆਂ ਟਿਕਾਣੇ ਕਦੇ ਗੱਲਾਂ ਬਾਤਾਂ ਟਿਕਾਣੇ ਲੱਗਣੇ ਬੀਪੀ ਤੇ ਮਣੀ ਬਾਈ ਜਿੱਥੇ ਨਾਲ ਸੁਣਦੇ ਪਲੀਜ਼ ਉਹ ਸਟੇਜ ਦੇ ਉੱਤੇ ਆ ਜਾਣ ਪ੍ਰਬੰਧਕ ਸਾਦੇ ਆ ਨਾ ਉਹ ਕਹਿੰਦੇ ਇੰਡੀਆ ਕੱਪ ਦੇ ਵਿੱਚ ਪਹਿਲ ਕੇ ਬਚਾਉਣ ਵਾਲਾ ਖਿਡਾਰੀ ਆ ਇਹ ਆ ਕਹਿੰਦੇ ਕੈਥਰ ਦਾ ਸਤੀਸ਼ ਆਉ ਕਹਿੰਦੇ ਛੋਟਾ ਮੇਰੇ ਵੀਰ ਵੱਡਾ ਨਾਮ ਹੈ ਕਹਿੰਦੇ ਮੇਰੇ ਵੀਰ ਪਰ ਬਾਲ ਪਾਉਣ ਦੇ ਲਈ ਜੋਤ ਕਹਿੰਦੇ ਚਾਰ ਵਰ ਚਾਰ ਖੇਡ ਦੇ ਮੈਦਾਨ ਦੇ ਵਿੱਚ ਲੈ ਗੁਰਪ੍ਰੀਤ ਕਰਨੇ ਗੱਲ ਮੁੰਡੇ ਦੀ ਨਾ ਜਾਂਦਾ ਸਾਹਮਣੇ ਕਹਿੰਦੇ ਹਰਿਆਣੇ ਵਾਲਾ ਵੀ ਮੈਂ ਹਰਿਆਣੇ ਕਾ ਜਾਟ ਪਿਆਰ ਕੀ ਹਮੀ ਭਰ ਲੂਗਾ ਵੀ ਤਾਊ ਤੀਨ ਪੰਜ ਮਤ ਕਰੀਓ ਗੋਡਿਆਂ ਨੀਚੇ ਧਰ ਲੂਗਾ ਤੇ ਸਾਹਮਣੇ ਵੇਖੀਏ ਬਾਲ ਕਿਤੇ ਬੈਠ ਦੇ ਇਸ਼ਾਰੇ ਆ ਲੰਬੇ ਜੇ ਕਦਰਾ ਕਦੇ ਖਿਡਾਰੀ ਜਿਹੜਾ ਕਿਤੇ ਬਾਲਾਂ ਭਾਰਿਆ ਵੀ ਜਿਹੜੇ ਵਿਕਦੇ ਨੀ ਮੁੱਲ ਜਮੀਨ ਦਿੱਤੇ ਨੇ ਸਾਨੂੰ ਦਾਤੇ ਨੇ ਛੇ ਛੇ ਫੁੱਟੇ ਆਓ ਸਰੀਰ ਦਿੱਤੇ ਆ ਸਾਨੂੰ ਦਾਤੇ ਨੇ ਛੇ ਛੇ ਫੁੱਟ ਦੇ ਸਰੀਰ ਦਿੱਤੇ ਆ ਪਰ ਕੈਥਲ ਵਾਲਿਆ ਆਓ ਕਮੇਟੀ ਵਾਲੇ ਲਾਡ ਕਰੀ ਆਉਂਦੇ ਤੇਰੇ ਤਿੰਨ ਛੱਕੇ ਸਪੋਰਟਸ ਸ਼ੂਜ਼ ਦਿੱਤੇ ਜਾਣੇ ਨਾ ਜਾਂਦਾ ਆਓ ਤਿਆਰੀ ਫੜਵਾ ਨਾ ਜਾਂਦਾ ਪਰ ਸਾਹਮਣੇ ਵਿਦੇਸ਼ੀ ਪਰਿਵਾਰ ਦਾ ਆ ਕਦੇ ਜੋਤ ਬਾਲ ਪਾਉਣ ਦੇ ਲਈ ਕਦੇ ਤੇਰਾ ਨੰਬਰ ਜਰਸੀ ਵਾਲਾ ਤੇਰਾ ਨੰਬਰ ਤੋਲਿਆ ਬਾਬਾ ਨਾਨਕ ਦੇ ਗੁਰੂ ਘਰ ਦਾ ਸਪੀਕਰ ਬੋਲੇ ਆਓ ਤੇਰਾ ਤੇਰਾ ਤੋਲੇ ਬਾਬਾ ਨਾਨਕ ਦੀ ਤੱਕਰੀ ਪਰ ਸਾਹਮਣੇ ਪਾਲ ਪੈ ਗਈ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਕੈਥਲ ਵਾਲਾ ਬਾਲੀ ਦੂਰੋਂ ਆਇਆ ਕੈਥਲ ਵਾਲਾ ਬਾਲੀ ਦੂਰੋਂ ਆਇਆ ਉਧਰ ਜੋਤ ਕਹਿੰਦੇ ਕਿਸੇ ਦੀ ਖਿਡਾਰੀ ਨੂੰ ਅੰਟ ਕਰਦਾ ਔਰ ਕਾਕਾ ਤੇ ਬੰਟੀ ਬਾਈ ਜਿਹੜੀ ਕਹਿੰਦੇ ਆ ਆਹ ਬੰਟੀ ਤੇ ਲਾਡੀ ਬਾਈ ਜਿਹੜੀ ਕਹਿੰਦੇ ਵੀ 100 ਰੁਪਏ ਦੇ ਵੱਡੇ ਮਾਨ ਸਨਮਾਨ ਕਦੋਂ ਦਿੱਤੇ ਜਾ ਰਹੇ ਆ ਔਰ ਕਿੰਨੇ ਗੱਲਾਂ ਲੱਗਦੀਆਂ ਟਿਕਾਣੀ ਕਿਤੇ ਖੇਡਦੇ ਗਰਾਊਂਡਾਂ ਦੀਆਂ ਬਹੁਤ ਵੱਡਾ ਧੰਨਵਾਦ ਸਾਡੇ ਚਮਕੌਰ ਸਰਪੰਚ ਸਾਹਿਬ ਦੀ ਇਸੇ ਪਿੰਡ ਦੀ ਕਹਿੰਦੇ ਸ਼ਾਨ ਆ ਵੀ ਝੰਡੀਆਂ ਤੇਰੇ ਨਾਂ ਦੀਆਂ ਲਾਂਗਾ ਬੂਟਾ ਸਾਰੀਆਂ ਤੈਨੂੰ ਪਾਈਆਂ ਮੇਰਾ ਠੋਕ ਠੋਕ ਕੇ ਲਾਂਗਾ ਤੇਰਾ ਨੁਕਸਾਨ ਸੀ ਕੈਚੀ ਦਾ ਅੱਜ ਸਾਨੂੰ ਫਾਇਦਾ ਹੋ ਗਿਆ ਢੋਲਾ ਆਓ ਤੇਰੀ ਸਰਪੰਚੀ ਦਾ ਵੀ ਪਹਿਲਾਂ ਕੋਠਾ ਤੇਰਾ ਪਵਾਇਆ ਨੀ ਫਿਰ ਬਾਥਰੂਮ ਤੇਰਾ ਬਣਵਾਇਆ ਉਸ ਤੋਂ ਕਰਜ਼ਾ ਮਾਫ਼ ਕਰਾਇਆ ਪੂਰਾ 70,000 ਕੁੜੇ ਐਵੇਂ ਬਿਨਾਂ ਗੱਲ ਤੋਂ ਤਾਂਹਦੇ ਨਾ ਸਰਪੰਚ ਨੂੰ ਮਾਰ ਕੁੜੇ ਐਵੇਂ ਬਿਨਾਂ ਗੱਲ ਤੋਂ ਤਾਂਹਦੇ ਨਾ ਸਰਪੰਚ ਨੂੰ ਮਾਰ ਕੁੜੇ ਗੁਰਪ੍ਰੀਤ ਕਰ ਗੱਲ ਆ ਜਾਂਦਾ ਉਹ ਸਾਹਮਣੇ ਵੇਖੀਏ ਖੇਡ ਮੈਦਾਨ ਦੇ ਕਿਤੇ ਰਾਂਟੇ ਮੰਡੀ ਦਾ ਕਾਕਾ ਕਿਤੇ ਬਾਲਾ ਪਾਉਂਗ ਨੀ ਆ ਗਿਆ ਮੇਰੇ ਮਿੱਤਰ ਭਾਈ ਜੀ ਮੇਰੀ ਬੇਨਤੀ ਹੈ ਲਾਈਵ ਵਾਲੇ ਭਰਾਵਾਂ ਨੂੰ ਇਹ ਚਾਹ ਜਿਹੜੀ ਪੂਰੀ ਕਰ ਦਾਂਗੇ ਮੇਰੀ ਬੇਨਤੀ ਹੈ ਲਾਈਵ ਵਾਲੇ ਭਰਾਵਾਂ ਕੋਲ ਬਾਈ ਜੀ ਚਾਹ ਪੌਦੀ ਕਰ ਦਿਓ ਜੀ ਚਾਹ ਪੌਦੀ ਕਰ ਦਿਓ ਕਿ ਜੋਤ ਪੱਤੇ ਚਾਹ ਦੇ ਤੇ ਪਤੀਲਾ ਪਾਣੀ ਦਾ ਖਸਮਾਂ ਚਸਕਾ ਪੈ ਗਿਆ ਚੰਦਰਾ ਖਸਮਾਂ ਨੂੰ ਖਾਈ ਦਾ ਔਰ ਕਦੇ ਚਾਹ ਦਾ ਲੰਗਰ ਜਿਹੜਾ ਪ੍ਰਬੰਧਕ ਕਮੇਟੀ ਵਾਲਾ ਲੱਗਾ ਲਾਡੀ ਵਾਰੀ ਪੂਰਾ ਫਿੱਟ ਹੋਇਆ ਫਿਰਦਾ ਅੱਜ ਕਦੇ ਢੁੱਕੀ ਕਰ ਦੇਣੀ ਹੈ
ਜੀ ਵਾਹ ਚੋਰ ਨਿਸ਼ਾਨ ਕਹਿੰਦੇ ਬਾਲਟੀ ਸੀ ਲੋਕਾਂ ਨੇ ਵੋਟਾਂ ਪਾਪਾ ਭਰਤੀ ਕਹਿੰਦੇ ਰਾਤੀ ਗੱਲਾਂ ਟਿਕਾਣੇ ਇਹਦੇ ਖੇਡ ਦੇ ਗਰਾਊਂਡਾਂ ਦੀਆਂ ਗੁਰਧਿਆਨ ਬਾਈ ਹੋਰੀ ਕਹਿੰਦੇ ਬੈਠੇ ਨਾਲ ਵੱਡੇ ਭਰਾ ਹੋਰੀ ਬੈਠੇ ਆ ਆਓ ਕਹਿੰਦੇ ਯਾਰਾਂ ਦੀ ਯਾਰੀ ਅੱਜ ਫੱਟੇ ਚ ਕਿੱਡੇ ਕਿੱਲ ਵਰਗੀ ਵੀ ਯਾਰ ਯਾਰਾਂ ਦੀਆਂ ਖੱਟੀਆਂ ਸਜੀਆਂ ਵਾਹਵਾ ਹੋਇਆ ਕਰਦੇ ਆ ਆਓ ਗੱਲਾਂ ਕਹਿੰਦੇ ਲਾਦੀਆਂ ਟਿਕਾਣੇ ਕਹਿੰਦੇ ਖੇਡ ਦੇ ਗਰਾਊਂਡਾਂ ਦੀਆਂ ਬਹੁਤ ਵੱਡਾ ਧੰਨਵਾਦ ਉਹਦੇ ਕਹਿੰਦੇ ਪੰਜਾਬੀ ਮਾਂ ਬੋਲੀ ਦੇ ਲਈ ਵੱਡਾ ਮਾਣ ਆ ਸਾਡੇ ਸਰਪੰਚ ਸਾਹਿਬ ਜੀ ਕਹਿੰਦੇ ਇਹਨਾਂ ਦਾਸਾਂ ਨੂੰ ਕਹਿੰਦੇ ਵੱਡਾ ਮਾਣ ਪਹੁੰਚਦਾ ਕਰਦੇ ਬਹੁਤ ਵੱਡਾ ਧੰਨਵਾਦ ਜਿਨ੍ਹਾਂ ਦਾ ਕਹਿੰਦੇ ਜਲਦੀ ਗ੍ਰਹਿਣ ਵਿੱਚ ਕੀਤਾ ਜਾ ਰਿਹਾ ਬਿਨਾਂ ਚਿਗਰੇ ਤੋਂ ਕਦੇ ਦਾਨ ਪੁੰਨ ਨਹੀਂ ਕੀਤੇ ਜਾਂਦੇ ਭਾਵੇਂ ਲੱਖਾਂ ਦੇ ਉਹਦੇ ਵਿੱਚ ਪਾ ਲਓ ਪਰ ਜਿਹਦੇ ਕੋਲ ਚਿਗਰਾ ਹੈਗਾ ਉਹਨੂੰ ਕਹਿੰਦੇ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਚਿਗਰੇ ਬੁਲੰਦ ਨਹੀਂ ਜੋ ਹੌਲ ਕਹਿੰਦੇ ਹੌਸਲੇ ਬੁਲੰਦ ਨਹੀਂ ਜੋ ਹਾਰਾ ਮਨਜ਼ੂਰ ਉਹ ਜਿੱਤਦੇ ਜ਼ਰੂਰ ਜਿਹਨੂੰ ਜਿੱਤਾਂ ਦਾ ਜਨੂਨ ਹੈ ਆਓ ਕਹਿੰਦੇ ਵੱਡਾ ਧੰਨਵਾਦ ਕਰਦੇ ਸਾਡੇ ਸਰਪੰਚ ਸਾਹਿਬ ਜੀ ਵੱਡਾ ਮਾਣ ਭੇਜਦੇ ਆ ਲੈ ਜੀ ਗੁਰਪ੍ਰੀਤ ਕਰ ਗਿਆ ਮੁੰਡਾ ਪਾਲਾ ਪਾਉਣ ਦੇ ਲਈ ਕਹਿੰਦੇ ਗੁਰੂ ਤਿਆਰ ਵਰਤਿਆਰ ਬਾਕੀ ਨਜ਼ਰ ਕਹਿੰਦੇ ਤਿਆਰ ਵਰਤਿਆਰਾ ਰਾਮਪੁਰੇ ਮੰਡੀ ਦਾ ਕਹਿੰਦੇ ਕਾਕਾ ਕਹਿੰਦੇ ਬਾਲਾ ਪਾ ਰਹੇ ਤੇ ਕੇਠੋਂ ਦਾ ਕਹਿੰਦੇ ਸੁਧੀਰ ਸਾਹਮਣੇ ਆ ਗਿਆ ਟੱਕਰ ਕਹਿੰਦੇ ਸਟਾਰਾਂ ਹੋਈਆਂ ਮੇਰੇ ਮਿੱਤਰੋ ਦੋਨੇ ਮੁੰਡੇ ਕਲਕੱਤਾ ਵੀ ਖੇਡਿਆ ਗੱਲਾਂ ਬਾਤਾਂ ਲਾਈਆਂ ਟਿਕਾਰੇ ਪਰ ਜਿਹੜਾ ਕਹਿੰਦੇ ਬਾਲਾ ਪਾ ਰਿਹਾ ਜਿੱਤੀ ਆਟੋ ਵੀ ਹੈ ਜਿੱਤਿਆ ਮੋਟਰਸਾਈਕਲ ਵੀ ਹੈ ਰਾਮਪੁਰੇ ਮੰਡੀ ਵਾਲਾ ਮੁੰਡਾ ਕਹਿੰਦੇ ਅਨੇਕਾਂ ਬਾਰ 11,000 ਦਾ ਕਹਿੰਦੇ ਜੇਤੂ ਬਣਿਆ ਜਿਹੜਾ ਮੁੰਡਾ ਕਹਿੰਦੇ ਬਾਲਾ ਕਹਿੰਦੇ ਪਾਈ ਤੁਰਿਆ ਆਉਂਦਾ ਜਿਹੜਾ ਮੁੰਡਾ ਬਾਲਾ ਪਾਈ ਤੁਰਿਆ ਆਉਂਦਾ ਮੇਰੇ ਪਾਸੇ ਕਹਿੰਦੇ ਭਰਾ ਸਾਡੇ ਵਰੁਣ ਪਾਠਕ ਔਰ ਮੈਂ ਇੱਕ ਪਾਠਕ ਤੇ ਨਾਲ ਪ੍ਰੀਖਿਅਤ ਪਾਠਕ ਤੇ 1100 ਰੁਪਏ ਦੇ ਕਹਿੰਦੇ ਵੱਡੇ ਮਾਣ ਸਨਮਾਨ ਕਹਿੰਦੇ ਪਹੁੰਚਦੇ ਕਰਦੇ ਆ ਔਰ ਕਹਿੰਦੇ ਤਿੰਨ ਛੱਕਿਆਂ ਦੇ ਨਾਲ ਸਾਡਾ ਲਾਡੀ ਬਾਈ ਔਰ ਕਹਿੰਦੇ ਪੂਰਾ ਫੈਂਟਾ ਢੋਲੀ ਭਾਈ ਢੋਲ ਤੇ ਡੱਗਾ ਲਾਵੇ ਤੇ ਥੋੜੀਆਂ ਉਂਗਲਾਂ ਤੇ ਨਚਾਵੇ ਔਰ ਤਿੰਨ ਛੱਕਿਆਂ ਦੇ ਉੱਤੇ ਕਹਿੰਦੇ 1100 ਦਿੱਤਾ ਜਾਣਾ ਵੀ ਕੈਥਲ ਆ ਨੋਟ ਕਰ ਲਈ ਬਾਅਦ ਤੋਂ ਕੋਈ ਵੀ ਗੱਲ ਇਹ ਨਾ ਕਿਉਂ ਵੀ ਸਾਨੂੰ ਕਿਤੇ ਦੱਸਿਆ ਨੀ ਸੀਗਾ ਇਹ ਗੱਲਾਂ ਨੋਟ ਕਰ ਲਏ ਜਿੱਦਾਂ ਬੋਲੇ ਜਾਂਦੇ ਉਦਾਂ ਪੈਸੇ ਦਿੱਤੇ ਜਾਣੇ ਆ ਢੋਲ ਵਾਲਾ ਭਾਈ ਵੀ ਪੈਂਦੇ ਬਿਨਾਂ ਢੋਲ ਤੋਂ ਭੰਗੜੇ ਦੁਨੀਆ ਬੇਦੀ ਖੜ ਕਰਕੇ ਅੱਜ ਨਵੇਂ ਪਿੰਡ ਦਾ ਰਾਜਾ ਕੇਲਾ ਲਿਖਦਾ ਆਓ ਗੁਰਧਿਆਨ ਬਾਈ ਕੋਕੇ ਦਰ ਦਰ ਕੇ ਆਓ ਗੱਲਾਂ ਕਹਿੰਦੇ ਟਿਕਾਰੇ ਲੱਗੇ ਤੇ ਕਰਦੇ ਗੱਲ ਗੁਰਪ੍ਰੀਤ ਬਾਈ ਹੋਏ ਆਓ ਸਾਹਮਣੇ ਕਹਿੰਦੇ ਰੰਪੇ ਮੰਡੀ ਵਾਲਾ ਕਹਿੰਦੇ ਬਾਲਾ ਭਾਈ ਤੁਰੇ ਆਉਂਦਾ ਸਾਹਮਣੇ ਵੇਖੀਏ ਪ੍ਰਦੀਪ ਕਰ ਗਿਆ ਕਮਾਲ ਕਹਿੰਦੇ ਯਾਰਾਂ ਦਾ ਯਾਰ ਕਮਾਲ ਕਰ ਗਿਆ ਵੀ ਰੱਬਾ ਵੇ ਰੱਬਾ ਸਾਨੂੰ ਮਾਹੀ ਦੀ ਉਡੀਕ ਸੀ ਚੱਲਦਾ ਸੀ ਕੇਸ ਨਾਲੇ ਆਖਰੀ ਤਰੀਕ ਸੀ ਬੈਗ ਸੁੱਕ ਗਿਆ ਬਾਹੜਿਆਂ ਦਾ ਮਾਲੀ ਸੱਜਣਾ ਨੂੰ ਕਿਆ ਮਿਲ ਗਈ ਸੀ ਤਾਂ ਗਈ ਇੱਕ ਤਿਆਰੀ ਉਖਾਲੀ ਉਹਦੇ ਗੁਰਪ੍ਰੀਤ ਮੰਨ ਲਈ ਜਿੱਥੇ ਨਾਮ ਸੁਣਦੇ ਆ ਔਰ ਕਹਿੰਦੇ ਫੋਟੋ ਵਾਲੇ ਭਾਈ ਦੇ ਨਾਲ ਸੰਪਰਕ ਬਣਾ ਲਵੇ ਜਿਹੜਾ ਕਹਿੰਦੇ ਸੋਹਣੀਆਂ ਸੋਹਣੀਆਂ ਫੋਟੋਆਂ ਖਿੱਚਦਾ ਔਰ ਕਹਿੰਦੇ ਭਰਾ ਦੇ ਨਾਲ ਸੰਪਰਕ ਬਣਾ ਲਓ ਗੁਰਪ੍ਰੀਤ ਕਰੇ ਦੀ ਗੱਲ ਲਓ ਸਾਹਮਣੇ ਵੇਖੀਏ ਮੁੰਡਾ ਖੇਡ ਬਣਾਉਣ ਦੇ ਜੇ ਤਾਂ ਆ ਗਿਆ ਕਦੇ ਮਾਝੀ ਦੀ ਕਦੇ ਧਰਤੀ ਦਾ ਮਣੀ ਆ ਗਿਆ ਮੇਰੇ ਮਿੱਤਰ ਲਓ ਕਹਿੰਦੇ ਕਾਕੇ ਨੇ ਜਿਹੜੀ ਆ ਟਿਕਟ ਵਾਪਸ ਮੋੜੀ ਆ ਉਹਦੇ ਕਹਿੰਦੇ ਬੰਟੀ ਬਾਈ ਤੇ ਸੁਖਮਾਲ ਬਾਈ ਤੇ ਨਾਲ ਲਾਡੀ ਬਾਈ ਉਹਨੇ ਕਹਿੰਦੇ 500 ਰੁਪਏ ਸਾਡੇ ਵਧੀਆ ਦਿੱਤਾ ਜਾਵੇਗਾ ਜਿਹੜੀ ਕਹਿੰਦੇ ਵਿਗੜ ਪਵੇਰੀਆਂ ਮੁੜਕੇ ਨੇ ਵੀ ਗੁਰਪ੍ਰੀਤ ਕਰਦੇ ਗੱਲ ਹੋ ਜਾਂਦਾ ਲਓ ਸਾਹਮਣੇ ਕਹਿੰਦੇ ਮੁੰਡਾ ਟਾਂਟ ਕਹਿੰਦੇ ਸਾਹਮਣੇ ਆ ਗਿਆ ਮਾਝੀ ਪਿੰਡ ਵਾਲਾ 2 ਸਾਲ ਲਗਾਤਾਰ ਫੈਕਟਰੀ ਦੇ ਮੇਲੇ ਦਾ ਸ੍ਰੀ ਦਾ ਜੇਤੂ ਫੜਾ ਰਹੀ ਹੈ 1 ਸਾਲ ਬੇਨੜੇ ਦਾ ਕੱਪ ਜਦੋਂ ਖੇਡਿਆ ਗਿਆ ਤੇ ਆ ਮੁੰਡੇ ਨੇ ਕਹਿੰਦੇ ਜਿਹੜੀ ਵਾਰੀ ਸਾਡੇ ਵਾਲੇ ਵਿਰੁੱਧ ਖੇਡੀ ਤੇ ਲੋਕਾਂ ਨੂੰ ਕਹਿੰਦੇ ਯਾਦ ਹੈ ਮੇਰੇ ਮਿੱਤਰ ਲਓ ਕਹਿੰਦੇ ਲੋਕਾਂ ਨੂੰ ਯਾਦ ਹੈ ਗੁਰਪ੍ਰੀਤ ਆਪਾ ਜੀ ਲਵਾਰਿਆ ਲਓ ਆ ਤੁਹਾਡਾ ਬੁਲਟ ਮੋਟਰਸਾਈਕਲ ਇੱਧਰ ਲਿਓ ਮਾੜੇ ਬੰਦੇ ਕਿਉਂਕਿ ਚੱਲਦਾ ਵੀ ਨੀ ਹੈਗਾ ਇੱਧਰ ਲਿਓ ਭਰਾ ਵੜ ਕੇ ਸਟੰਟ ਕਰਨਾ ਥੋੜਾ ਜਿਹਾ
ਔਰ ਖਿੱਚਣਾ ਹੀ ਹੈ ਤੁਹਾਨੂੰ ਉੱਪਰ ਉੱਠਿਆ ਕੇ ਤੁਹਾਡਾ ਹੀ ਬਦਲ ਖਿੱਚਣਾ ਹੈ ਔਰ ਕੋਈ ਗੱਲ ਨੀ ਮੇਰਾ ਵੀਰ ਬਣ ਕੇ ਆ ਜਾ ਤੂੰ ਨਾ ਉਸ ਸਾਹਮਣੇ ਕਦੇ ਪਾਲਾ ਪਾਉਂਦੇ ਕਦਰੂ ਕਦੇ ਚਾਰ ਵਰਚਾਰ ਉਧਰਲੇ ਪਾਸੇ ਮਾਝੀ ਪਿੰਡਾ ਔਰ ਕਹਿੰਦੇ ਮੇਰੇ ਵੀਰੇ ਭਵਾਨੀਗੜ ਦਾ ਇਲਾਕਾ ਵੀ ਸ਼ਾਵਾ ਵੀ ਇਲਾਕਾ ਸ਼ੇਰਾਂ ਦਾ ਔਰ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਗੱਲਾਂ ਕਹਿੰਦੇ ਟਿਕਾਣੇ ਲਾਉਂਦੇ ਗੱਭਰੂ ਕਹਿੰਦੇ ਚਾਰ ਵਰਚਾਰ ਵੀ ਗੱਭਰੂ ਦੇਸ਼ ਮੇਰੇ ਦੇ ਸੋਹਣੇ ਚੌਦੀਆਂ ਹਿੱਕਾਂ ਤੇ ਮਨਮੋਹਣੇ ਖੜ ਕੇ ਵਿੱਚ ਮੈਦਾਨਾਂ ਦੇ ਆ ਦੇਖਣ ਵਾਲੇ ਫੁੱਡੇ ਮਿੱਤਰਾਂ ਲੈ ਵੀ ਗੁਰਪ੍ਰੀਤ ਚੋਰ ਜਵਾਨਾਂ ਦੇ ਕਰਦੇ ਗੱਲ ਵੱਡਿਆ ਨੇ ਆਓ ਸਾਹਮਣੇ ਵੇਖੀਏ ਬਾਲ ਕਿਤੇ ਪਿੰਡੀਆ ਬਠਿੰਡੇ ਵਾਲਾ ਕਹਿੰਦੇ ਟਰੈਕਟਰ ਆਇਆ ਹੋਇਆ ਕਹਿੰਦਾ ਵੀ 10.5 ਮੋਟਰਸਾਈਕਲ ਦਿੱਤੇ ਆ ਗੱਲਾਂ ਬਾਤਾਂ ਲਾਈਆਂ ਟਿਕਾਣੇ ਇਹ 10 ਆਂਕੜਾ ਥੋੜਿਆ ਨੀ ਪਾਰ ਕੀਤਾ ਵੀ ਬਠਿੰਡੇ ਵਾਲੇ ਆ ਆਹ ਚਾਚੇ ਧਰਮ ਗੁੱਡੀਏ ਕਾਨੂੰਨੀ ਰਾਜ ਦਿੱਤੇ ਆ ਤੇ ਕਦੇ ਜਾਣ ਵਾਲੀ ਕਦੇ ਅੰਬਰ ਦੀ ਗੱਲ ਕਦੇ ਨੂਰਪੁਰ ਬੇੜ ਦੇ ਰਵੀ ਦੀ ਕਦੇ ਗੱਲ ਆਹ ਜਿਹੜੀ ਚੱਲੀ ਆ ਨਾ ਮੈਦਾਨਾਂ ਦੇ ਵਿੱਚ ਤੇ ਕਦੇ ਜੋਤੀ ਉਸਤਾਦ ਦੇ ਕਦੇ ਚਾਚੇ ਪਰ ਬਾਲ ਕਦੇ ਪਾਉਂਦੇ ਨੀ ਰਾਪਰੇ ਮੰਡੀ ਵਾਲਾ ਕਦੇ ਕਾਕਾ ਹੁੰਡਾ ਕੇਵਲ ਵੱਧ ਗਿਆ ਤੇ ਮਾਝੀ ਵਾਲਾ ਗਾਉਂਦਾ ਮੇਰੇ ਮਿੱਤਰ ਹੁੰਡਾ ਸਾਹਮਣੇ ਬੱਲੇ ਬੱਲੇ ਕਦੇ ਕਰਵਾਈ ਤੁਰੇ ਆਉਂਦਾ ਬੱਲੇ ਬੱਲੇ ਕਰਵਾਈ ਤੁਰੇ ਆਉਂਦਾ ਚੰਗੇ ਬਾਲਰਾਂ ਨੂੰ ਛੱਕੇ ਲਾਈ ਤੁਰੇ ਆਉਂਦਾ ਉਹਦੇ ਕਹਿੰਦੇ ਲਾਡੀ ਬਾਈ ਕਹਿੰਦਾ ਵੀ 100 ਰੁਪਇਆ ਫੇਲਟ ਵਾਲੇ ਦੇ ਵੀ ਮੇਰੇ ਵੱਲੋਂ ਕਰ ਦਿਓ ਬਹੁਤ ਵੱਡਾ ਧੰਨਵਾਦ ਲਾਡੀ ਸਾਡੇ ਵੀਰ ਦਾ ਤੇ ਨਾਲ ਉਧਰ ਕਹਿੰਦੇ ਸਾਡੇ ਭਰਾਓ ਨੇ ਗੋਲੂ ਤੇ ਜੋਤੀ ਬਾਈ ਕਹਿੰਦੇ ਸਾਡੇ ਦਰਮਿਆਨ ਵਿਸ਼ਵ ਧਰ ਦੇ ਉੱਤੇ ਪਹੁੰਚਿਆ ਯਾਰਾਂ ਦੇ ਯਾਰ ਵੀ ਔਖੇ ਵੇਲੇ ਖੜੇ ਆ ਤੇ ਸੌਖਿਆਂ ਦੇ ਵਿੱਚ ਸਾਥ ਨਿਭਾਉਂਦੇ ਨੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਜਿਹੜਾ ਕਹਿੰਦੇ ਵਿਸ਼ਵ ਧਰ ਦੇ ਉੱਤੇ ਕੀਤਾ ਜਾ ਰਿਹਾ ਔਰ ਸਾਹਮਣੇ ਪਾਲਾ ਪਾਉਂਦੇ ਲਈ ਵਾਡਾ ਕਹਿੰਦੇ ਕਾਕਾ ਤਿਆਰ ਵਰ ਤਿਆਰਾਂ ਮੇਰੇ ਵੀ ਖੇਡ ਦੇ ਮੈਦਾਨ ਦੇ ਅੰਦਰ ਔਰ ਸਾਹਮਣੇ ਕਹਿੰਦੇ ਲੱਸੀ ਆ ਔਰ ਕਹਿੰਦੇ ਮਣੀ ਨਾਮ ਰੱਖ ਦਿੱਤਾ ਮਾਪਿਆਂ ਦੇ ਔਰ ਦੁਨੀਆਂ ਦੇ ਕਹਿੰਦੇ ਚੁੰਟੀ ਦਾ ਮਾਲਾ ਕਈ ਮੇਲਿਆਂ ਦੇ ਉੱਤੇ ਅੱਖਾਂ ਦੇ ਸਾਹਮਣੇ ਇਹਨੇ ਕਹਿੰਦੇ ਦੁਨੀਆਂ ਰਚਾ ਕੇ ਰੱਖੀ ਆ ਪਰ ਦੇ ਅੱਜ ਛੱਕਾ ਪਹਿਲੀ ਤੇ ਛੱਡੇ ਸਵਾਦ ਫੇਰ ਆਓ ਕਹਿੰਦੇ ਖੇਡ ਮੈਦਾਨ ਦੇ ਵਿੱਚ ਆ ਜਾਣਾ ਪਰ ਪੈਗੀ ਪਾਲ ਆਓ ਮੁੰਡਾ ਕਹਿੰਦੇ ਚਿੜਚਿੜ ਵਾਲਾ ਪਾਉਂਦਾ ਪੱਲੇ 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 ਮਣੀ ਆਓ ਬਠਿੰਡੇ ਵਾਲਾ ਰਾਮਪੁਰੇ ਵਾਲਾ ਤੇਰੇ ਵੱਲ ਨੂੰ ਅੱਖਾਂ ਕੱਢ ਕੱਢ ਕੇ ਮੁੰਡਾ ਕਰਦਾ ਲੈ ਵੀ ਮਾਝੀ ਪਿੰਡ ਵਾਲਿਆ ਗੱਲਾਂ ਲਾਉਣੀਆਂ ਪੈਣੀਆਂ ਟਿਕਾਣੇ ਲੋਕਾਂ ਨੂੰ ਕਦੇ ਦੱਸਣਾ ਪੈਣਾ ਵੀ ਅੜਬੜੇ ਅੜੇ ਹੋਏ ਮੈਚ ਰਿਕਾਨੇ ਮਿੱਤਰਾਂ ਨੇ ਕੱਢਿਆ ਆਹ ਮੁੰਡਾ ਸਾਹਮਣੇ ਜਿਹੜਾ ਤਿਆਰ ਬਰ ਤਿਆਰ ਹੈ ਗੱਲਾਂ ਲੱਗੀਆਂ ਟਿਕਾਣੇ ਹਰਮਨ ਕਹਿੰਦੇ ਨਿਰਮਾਣ ਭਰਾ ਹੈ ਸਾਡਾ ਬੈਠਾ ਵਿੱਚ ਵਿਦੇਸ਼ਾਂ ਦੇ ਕਹਿੰਦਾ ਵੀ ਜੇ ਮੋਟਾ ਕਿਆ ਛੱਡਦਾ ਤੇ ਆਪਾਂ 200 ਦੇਣਾ ਪਰ ਸਾਹਮਣੇ ਰਣ ਕਦੇ ਕਦੇ ਵਾਂਢੇ ਆ ਖੇਡ ਮੈਦਾਨ ਦੇ ਵਿੱਚ ਇੱਕ ਰਣ ਜਿਹੜਾ ਜਾ ਜੁੜਿਆ ਲੈ ਵੀ ਇੱਕ ਮਿੰਟ ਗੁਰਪ੍ਰੀਤ ਬਾਈ ਮਾਫੀ ਚਾਹੁੰਦਾ ਛੋਟੇ ਭਾਈ ਤੇਰੀ ਗੱਲ ਕੱਢਣੀ ਪੈਂਦੀ ਹੈ ਮਜਬੂਰੀ ਆ ਕਿਉਂਕਿ ਇਧਰ ਥੋੜਾ ਸਟੇਜ ਸਾਹਮਣਾ ਪੈਂਦਾ ਹੈ ਔਰ ਮੈਂ ਮਾਫੀ ਚਾਹੁੰਦਾ ਤੇਰੇ ਕੋਲੋਂ ਔਰ ਇਧਰ ਸਾਡਾ ਭਰਾ ਕਹਿੰਦੇ ਦੰਦਾਂ ਦੇ ਨਾਲ ਬੁਲਟ ਮੋਟਰਸਾਈਕਲ ਖਿੱਚ ਰਿਹਾ ਉਹ ਤੁਹਾਡੇ ਨਾਲ ਕੁਝ ਨੀ ਬਣਨਾ ਮਾੜੇ ਮਾੜੇ ਜੇ ਬਹਿ ਗਏ ਯਾਰ ਤੁਸੀਂ ਤਕੜਾ ਜਿਹਾ ਬਠਿਆੜਾ ਇੱਕ ਆਓ ਗੱਲਾਂ ਕਹਿੰਦੇ ਫੇਰ ਟਿਕਾਣੇ ਲੈ ਬੰਟੀ ਨੀ ਬਿਠਾਓ ਫੇਰ ਸਵਾਲ ਹੈ ਲੈ ਵੀ ਮਾਰ ਦੋ ਤਾੜੀ ਭਰਾ ਦੇ ਲਈ ਹੈਂਡੀਕੈਪਟ ਹੋਣ ਦੇ ਨਾਤੇ ਆਓ ਵੀਰੇ ਨੂੰ ਕਹਿੰਦੇ ਵੀ ਲਾਡੀ ਭਰਾ ਦੇ ਵੱਲੋਂ ਸਨਮਾਨ ਕਦੇ ਦਿੱਤਾ ਗਿਆ ਖਿੱਚ 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 ਮਾਸੀ ਨੇ ਪੁੱਤਾ ਖਿੱਚ ਹੋਏ ਨੌਜਵਾਨਾਂ ਔਰ ਖਿੱਚ ਜਵਾਨਾ ਖਿੱਚ ਜਿੱਤ ਤਾਂ ਨੇੜੇ ਆ ਆਪਾਂ ਸਾਰੇ ਹਿਸਾਬ ਕਰਾਂਗੇ ਰੇਪੇ ਦੇੜੇ ਆ ਔਰ ਕਮਾਂ ਕਹਿੰਦੇ ਟਿਕਾਣੇ ਲਾਤੀਆਂ ਪਰਵਾਹ ਨਾ ਕਰ ਪਰਵਾਹ ਨਾ ਕਰ ਇਹਨੇ ਖਿੱਚ ਦੇਣਾ ਪਲੰਦ ਹੌਸਲੇ ਆ ਔਰ ਕਹਿੰਦੇ ਬੱਬਰ ਸ਼ੇਰਾਂ ਦੀ ਦਹਾੜ ਕਹਿੰਦੇ ਗਰਾਊਂਡਾਂ ਦੇ ਵਿੱਚ ਜਦੋਂ ਖੜਕਦੀ ਹੈ ਤੇ ਕਹਿੰਦੇ ਟਿਕਾਣੇ ਗੱਲ ਲੱਗ ਜਾਂਦੀ ਆ ਇੱਕ ਵਾਰੀ ਮਾਰ ਦੋ ਤਾੜੀ ਯਾਰ ਵੱਡੇ ਭਰਾ ਦੇ ਲਈ ਆਹ ਮਰਦਾ ਮਾਣ ਸਨਮਾਨ ਦੇਣਾ ਕੋਈ 10 ਦੇ ਦੋ ਕੋਈ 20 ਦੇ ਦੋ ਕੋਈ 50 ਦੇ ਦੋ ਜਿੰਨਾ ਤੁਹਾਡਾ ਚਿੱਤ ਕਰਦਾ ਦੇਵੇ ਪਰ ਇਹ ਬੰਦੇ ਦੀ ਮਿਹਨਤ ਹੈ ਇਹਨਾਂ ਗਰਾਊਂਡਾਂ ਦੇ ਨਾਲ ਕਹਿੰਦੇ ਭਰਾਵਾ ਕਹਿੰਦੇ ਘਰ ਦਾ ਗੁਜ਼ਾਰਾ ਚਾਹੁੰਦਾ
ਖਿੱਚਦੇ ਲੋਕੀ ਕਹਿੰਦੇ ਆ ਵੀ ਖਿੱਚਿਆ ਨੀ ਜਾਣਾ, ਖਿੱਚ ਮਾਰ ਹਿੰਮਤ, ਉਹ ਮਾਰ ਦੋ ਤਾੜੀ, ਮਾਰ ਦੋ ਤਾੜੀ, ਮਾਰ ਦੋ ਤਾੜੀ, 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 ਤਾੜੀ। ਥੱਲੇ ਬੱਲੇ ਕਰਾ ਦੀ ਵੀ ਜੋਰ ਬਿਨਾ ਪੱਟਾਂ ਦੇ ਥਾਪੀ ਵਾਦੀ ਦਾ ਹੰਕਾਰ ਵੀ ਇਹ ਰੁਤਬਾ ਮੂਸੇ ਆਲੇ ਦਾ। ਆਓ ਸਾਹਮਣੇ ਵੇਖੀਏ, ਮੁੰਡੇ ਨੇ ਸਿਰਾ ਕਦੇ ਕਰਾ ਦਿੱਤਾ, ਸਿੱਧੀ ਆ ਗਿਆ ਕਦੇ ਬਾਲਾ ਪਾਉਗੀ, ਲੱਖਿਆ ਰੁਪਿੰਡਾ ਵਾਲਾ ਵੀ ਪੰਡ ਦਾ ਅਠਾਰਾਂ ਬਾਲਾ ਬਾਰਾਂ ਛੱਕੇ ਰਹਿ ਗਏ। ਆਓ ਕਹਿੰਦੇ ਅਠਾਰਾਂ ਬਾਲਾ ਬਾਰਾਂ ਛੱਕੇ ਰਹਿ ਗਏ, ਫੜਦੀ ਆ ਗੱਲ ਕਹਿੰਦੇ ਫੜਦੀ ਆ ਗੱਲ, ਐਨ ਲਵਾਣੇ ਵਾਲੇ ਭਾਂਡਾ ਦਾ ਫੰਡਾ ਧੰਨਵਾਦ ਆ, ਫਿਰ ਕਹਿੰਦੇ ਵੱਡੀ ਜ਼ਿੰਮੇਵਾਰੀ ਦੇ ਗਿਆ, ਪਰ ਸਾਹਮਣੇ ਕਹਿੰਦੇ ਬਾਲ ਪੜਦ ਰਹੀ, ਔਰ ਕਹਿੰਦੇ ਗੱਭਰੂ ਕਹਿੰਦੇ ਚਾਰ ਵਾਰ ਤੇਰਾ ਖੜਦੇ ਖੜਦੇ ਕਿਤੇ ਨੀ ਜਾਣਾ, ਕਾਹਲੀ ਕੋਈ ਨੀ ਹੈਗੀ, ਐਨ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਪੰਡਾ ਨਾਲ ਸਾਹਮਣੇ ਕਹਿੰਦੇ ਦੇ ਰਹੇ ਹੋ ਮੈਚ ਬੜਾ ਚੋਟੀ ਦਾ ਵੀ ਗੱਲ ਕੱਢ ਕੇ ਯਾਰਾਂ ਨੇ ਚੁੱਪ ਕੱਢ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ, ਆ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ, ਅੱਜ ਝੜਦੀ ਸ਼ਰੀਰਾਂ ਨਾਲ ਕੰਡ ਮਿੱਤਰੋ ਵੀ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ, ਜਪੀਤ ਝੜਦੀ ਸ਼ਰੀਰਾਂ ਨਾਲ ਕੰਡ ਮਿੱਤਰੋ ਕਰ ਹੀ ਜਾਂਦਾ। ਬਾਕੀ ਬਾਕੀ ਵੀ ਨੇ ਮੇਰੀ ਬੇਨਤੀ ਹੈ, ਬਾਉਂਡਰੀ ਤੋਂ ਥੋੜਾ ਜਿਹਾ ਬੈਕ ਹੋ ਗਈ, ਫਿਰ ਲੈਣੀ ਲਾਂਘਾ ਲਿਆ ਕਹਿੰਦੇ ਵੀ ਇੱਥੇ ਜਦੋਂ ਫੀਲਡਰਾਂ ਦੇ ਉੱਤੇ ਫੇਰ ਸੱਤ ਮੀਟਰ ਬਚ ਸਕਦੇ ਵੀ ਯਾਰ, ਹਾਂ ਥੋੜੀ ਜਿਹੀ ਬਾਉਂਡਰੀ ਕਲੀਅਰ ਕਰ ਦੋ, ਫਿਰ ਭਰਾ ਕਹਿੰਦੇ ਸਾਡੇ ਪ੍ਰਬੰਧਕ ਵੀਰ ਕਹਿੰਦੇ ਆ ਵੀ ਕੋਈ ਵੀ ਭਰਾ ਸਾਡੇ ਕੋਲ ਹੋਰ ਸਟੰਟ ਕਰਨ ਵਾਲਾ ਨਾ ਆਵੇ, ਜੋ ਬਣਦਾ ਮਾਣ ਸਨਮਾਨ ਕਹਿੰਦੇ ਅਸੀਂ ਉੱਦਾਂ ਹੀ ਦੇਵਾਂਗੇ, ਪਰ ਕੋਈ ਵੀ ਵੀਰ ਕਦੇ ਸਟੰਟ ਕਰਨ ਵਾਲਾ ਵੀਰ ਸਾਡੇ ਕੋਲ ਜਿਹੜਾ ਨਾ ਆਵੇ, ਇਹ ਪ੍ਰਬੰਧਕ ਵੀਰਾਂ ਦੀ ਜਿਹੜੀ ਅਪੀਲ ਆ। ਪਰ ਸਾਹਮਣੇ ਕਹਿੰਦੇ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ, ਵੀ ਗੱਲ ਕੱਢ ਕੇ ਯਾਰਾਂ ਨੇ ਚਿੱਪ ਕੱਢ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ, ਆ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ, ਝੜ ਗਈ ਸ਼ਰੀਰ ਵਾਲ ਕੰਡ ਮਿੱਤਰੋ। ਗੁਰਪ੍ਰੀਤ ਕਿੰਨੇ ਰਨ ਰਹਿ ਗਏ, ਕਿੰਨੀਆਂ ਬਾਲਾਂ ਰਹਿ ਗਈਆਂ, ਦਰਸ਼ਕਾਂ ਨੂੰ ਦੱਸੀਏ ਇੱਕ ਵਾਰੀ, ਸਵਾਰ ਤੇ ਫੇਰ ਵੱਜ ਜਾਣਾ ਮੈਚਲਾ, ਕਦੀ ਕਰਦੇ ਗੱਲਾਂ ਜਾਂਦਾ। ਬਹੁਤ ਸਾਹਮਣੇ ਵੇਖੀਏ, ਸੇਡੀ ਲੱਖਿਆ ਦੀ ਕਦੇ ਧਰਤੀ ਦਾ ਕਦੇ ਪਾਲਾ ਕਦੇ ਪਾਈ ਤੁਰਿਆਉਂਦਾ, ਪਰ ਮਾਧੀ ਪਿੰਡ ਦਾ ਕਦੇ ਟਾਂਟ ਪਤਾ ਕੁਝ ਨੀ ਵੀ ਬਾਨਾ ਤੇ ਬਾਨਾ ਕੀ ਹੈ, ਗੱਲਾਂ ਬਾਤਾਂ ਲੱਗਣੀਆਂ ਟਿਕਾਣੇ। ਫੇਰ ਮੈਦਾਨ ਦੇ ਵਿੱਚ ਲੱਖਿਆ ਪਿੰਡ ਵਾਲਾ ਮੁੰਡਾ ਭਦੇਸੇ ਪਰਿਵਾਰ ਦਾ ਬਾਲਾ ਪਾਈ ਤੁਰਿਆਉਂਦਾ, ਬਾਲ ਹਵਾ ਦੇ ਵਿੱਚ ਬੱਲੇ 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 ਬੱਲੇ, ਐਕਸ਼ਨ ਐਕਸ਼ਨ ਵੱਖਰੇ ਹੋ ਗਿਆ ਵੀ ਜਿੱਤਦੇ ਨਿਸ਼ਾਨ ਸਿੰਘਾਂ ਲਾਏ ਜਾਣ ਝੰਡੇ ਨਾਲ, ਪਹਿਲਾਂ ਵਾਰ ਕਲਮਾ ਨਾਲ, ਪਿੱਛੋਂ ਵਾਰ ਖੰਡੇ ਨਾਲ, ਚਾਰ ਹੀ ਤਰੀਕਿਆਂ ਦਾ ਕੰਮ ਕਾਰ ਕਰੇ ਬੰਦਾ, ਸ਼ਬਦ ਨਾਲ, ਪਿਆਰ ਨਾਲ, ਲਾਲ ਜੀ ਦਾ ਡੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਨਾਲ ਕਹਿੰਦੇ ਗੱਲਾਂ ਟਿਕਾਣੇ ਲੱਗੇ। ਇੱਧਰ ਹੈਂਡੀਕੈਪਟ ਵੀਰ ਸਾਡਾ ਬੜੀ ਦੂਰੀ ਤੈਅ ਕਰਕੇ ਆਇਆ, ਇਸੇ ਖੇਡ ਗਰਾਊਂਡ ਦਾ ਸਰਕਲ ਗੇੜਾ ਲਾ ਰਿਹਾ, ਔਰ ਭਰਾ ਦਾ ਫਰਦਾ ਮਾਣ ਸਨਮਾਨ ਸਾਰਿਆਂ ਨੇ ਕਰਨਾ, ਕਿਸੇ ਕੋਲ ਮੰਗਣੇ ਨੀ ਹੈਗੇ, ਜਿਹਨਾਂ ਚਿੱਤ ਕਰਦਾ ਜਿੰਨੇ ਮਰਜ਼ੀ ਦੇ ਦਿਓ, ਉਹ ਤੁਹਾਡੀ ਆਪਣੀ ਸ਼ਰਧਾਉਣੀ ਆ। ਪਰ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਪਾਲਾ ਪਾਉਣ ਲਈ ਕੱਢੂ ਕਿਤੇ ਵਾਧਾ ਹੋਇਆ, ਔਰ ਸਾਹਮਣੇ ਪੁੱਤਰ ਪਰਿਵਾਰ ਦਾ ਮੁੰਡਾ ਆਓ ਸਾਹਮਣੇ ਕਰਦੇ ਰਹੀ ਚਾਰ ਵਰਚਾਰ, ਔਰ ਥੱਲੇ 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 ਅੱਜ ਕਹਿੰਦੇ ਕਰਵਾਤੀ ਇਹਨਾਂ ਮੁੰਡਿਆਂ ਨੂੰ, ਲੈ ਵੀ ਗੁਰਪ੍ਰੀਤ ਕਰਦੇ ਗੱਲਾਂ ਜਾਂਦੀ। ਸਾਹਮਣੇ ਵੇਖੀਏ ਫੇਰ ਮੈਦਾਨ ਦੇ ਵਿੱਚ ਕਦੇ ਸਿੱਧੀ ਕਦੇ ਟਾਪ ਦੀ ਬਾਲਾ ਪਾਈ ਤੁਰੇ ਆਉਂਦਾ, ਹੈਪੀ ਆ ਗਿਆ ਕਦੇ ਸਾਹਮਣੇ ਮੇਰੇ ਮਿੱਤਰ, ਮਾਪਿਆਂ ਦਾ ਕਦੇ ਹੈਪੀ ਇਹਨਾਂ ਗਰਾਊਂਡਾਂ ਦਾ ਕਦੇ ਗਾਉਂਦਾ ਮੁੰਡਾ, ਸਾਹਮਣੇ ਕਦੇ ਤਿਆਰ ਹੋ ਤਿਆਰ ਹੈ ਇੱਕ ਵੱਡਾ ਨਾਮ ਹੈ ਮੇਰੇ ਮਿੱਤਰ, ਜਿਹੜਾ ਨਜ਼ਰ ਕਦੇ ਸਾਹਮਣੇ ਹੈ ਇੱਧਰੋਂ ਸਿੱਧੀ ਦੀ ਕਦੇ ਬਾਲ, ਔਰ ਜਿਹੜੀ ਪੈਰੀ ਹੈ ਫੇਰ ਮੈਦਾਨ ਦੇ ਵਿੱਚ, ਸੁਖਪਾਲ ਬਾਈ ਇਹਨੇ ਗੇੜਾ ਲਾਇਆ, ਉਹਦੇ ਸਰਕਲ ਫਿਰ ਦੇ ਦਿਓ, ਹਾਂ ਆ ਜਾਓ ਜੀ, ਆ ਜਾਓ ਫਿਰ ਆ ਜਾਓ ਵੱਡੇ ਭਾਈ ਜੀ, ਤੁਸੀਂ ਸਨਮਾਨ ਲੈ ਦਿਓ ਪਹਿਲਾਂ, ਉਹਨੇ ਕਹਿੰਦੇ ਮਾਣ ਪੰਡਰਾਲੀ ਵਾਲ ਸਾਡੀ ਜ਼ਿੰਦਗੀ ਦਾ ਕਹਿੰਦੇ ਮਾਣ ਆ, ਲੈ ਵੀ ਮਾਨਾ ਖੁਦ ਕੋਵਰ, ਬਾਕੀ ਇਹਦੇ ਗੁਰਪ੍ਰੀਤ ਬਾਈ ਦਾ ਬਹੁਤ ਵੱਡਾ ਦਲ, ਕੋਈ ਗੱਲ ਨੀ ਆਪਾਂ ਬੋਲਦੇ ਹਾਂ ਇੱਕ ਮਿੰਟ,
ਔਰ ਚੱਕਦੇ ਕਦੇ ਕੰਮ ਨੂੰ ਕਿਹੜਾ ਲਾ ਦੇ ਗੱਲ ਟਿਕਾਣੇ ਤੂੰ ਜਿਹੜੇ ਉਸ ਸਮੇਂ ਤੂੰ ਮਿੱਥੇ ਆ ਵੀ ਤੇਰੇ ਯਾਰ ਨੂੰ ਗੱਭਰੂ ਫਿਰਦੇ ਆ ਅੱਜ ਕਦੇ ਲੰਗ ਵਾਲਾ ਬਬਦਾ ਕਿੱਥੇ ਆ ਨਾ ਉਸ ਸਮੇਂ ਪਾਲਾ ਤੋੜਦੇ ਨੀ ਕਦੇ ਗੱਭਰੂ ਖੇਡ ਮੈਦਾਨ ਦੇ ਵਿੱਚ ਔਰ ਕਦੇ ਫਿਰ ਤੇ ਬਣ ਗਿਆ ਗੁਰਪ੍ਰੀਤ ਕਰਗਲ ਲਾ ਜਾਂਦਾ ਉਧਰ ਛੱਕੇ ਦੇ ਉੱਤੇ ਸੌ ਰੁਪਇਆ ਬੈਠੀ ਤੇ ਲਾਡੀ ਭਰਾ ਵੀ ਕਹਿੰਦੇ ਆ ਵੀ ਸਾਡੇ ਵੱਲੋਂ ਦਿੱਤਾ ਜਾਣਾ ਕਿਹਦੇ ਗੱਲਾਂ ਲੱਗਦੀਆਂ ਟਿਕਾਣੀ ਕਿਹੜੇ ਖੇਡ ਦੇ ਮੈਦਾਨ ਦੀ ਆਰ ਕਹਿੰਦੇ ਚੋਟੀ ਦੀਆਂ ਪਾਲਾਂ ਪਾਈ ਤੁਰਿਆ ਉਹਦਾ ਮਾਨਾ ਲਾ ਲਾ ਪੁੱਲਾ ਨੂੰ ਬੈਕ ਤੇ ਆ ਜਾ ਗਰਾਊਂਡ ਦੇ ਵਿੱਚ ਚੋਬੜਾ ਬਾਕੀ ਬਾਕੀ ਕਹਿੰਦੇ ਮੇਰੇ ਵੀਰ ਅਗਲੇ ਸੈਂਟੀ ਦੇ ਵਿੱਚ ਕਹਿੰਦੇ ਚਰਚੇ ਹੋਣਗੇ ਨਾਲ ਸਾਹਮਣੇ ਬੜਾ ਧੰਨਵਾਦ ਗੁਰਪ੍ਰੀਤ ਮਲਿਆਲ ਦਾ ਉਧਰ ਕਹਿੰਦੇ ਮੇਰੇ ਵੀਰ ਢੇ ਵਾਲੇ ਵੀ ਕਹਿੰਦੇ ਫੱਟੇ ਚੱਕੀ ਜਾਂਦੇ ਆ ਜੋ ਫੱਟੇ ਚੱਕੀ ਜਾਂਦੇ ਆ ਗੱਲਾਂ ਹੁੰਦੀਆਂ ਮੈਚ ਬੜੇ ਤਕੜੇ ਖੇਡੇ ਜਾ ਰਿਹਾ ਲਵੀ ਲੰਗ ਵਾਲਿਆ ਉਧਰ ਦੱਸਦੇ ਫਿਰ ਕਿੰਨੇ ਵੱਜ ਗਏ ਕਿੰਨੇ ਰਹਿ ਗਏ ਭਾਈ ਛੱਕਾ ਵੱਜ ਗਿਆ ਜਿਹਦਾ ਛੱਕਾ ਵੱਜਿਆ ਤੇ ਮੇਰੇ ਕੋਲੇ ਸੌ ਰੁਪਇਆ ਜਾਂਦਾ ਹੋਇਆ ਲੈ ਜੇ ਤੇ ਕਿਤੇ ਗਲਤੀ ਨਾਲ ਜੇਬ ਚ ਰਹਿ ਗਿਆ ਪਟਿਆਲੇ ਤੇ ਲੈ ਜਾਊਗਾ ਆਪਣਾ ਜਾਣਾ ਬਣ ਕੇ ਲੈ ਜੇ ਓਵਰ ਸਮਾਪਤ ਹੋ ਗਿਆ ਤੇ ਦੱਸਦੇ ਕਿੰਨੇ ਵੱਜ ਗਿਆ ਲਵੀ ਮਾਨ ਪਟਿਆਲੀਆਂ ਨੇ ਕਈ ਗੱਲਾਂ ਜਾਂਦਾ ਕਿੰਨੇ ਰਹਿ ਗਏ ਬਿਆਲੀ ਬਣ ਗਏ ਇੱਕ ਸੌ ਅੱਠ ਦਾ ਟਾਰਗੇਟ ਆ ਬਿਆਲੀ ਬਣ ਗਏ ਹਰ ਕਦੇ ਮੇਰੇ ਹਿਸਾਬ ਨਾਲ ਹਾਲੇ ਵੀ ਕਦੇ ਸ਼ਾਟ ਕਰਾਉਣ ਦੇ ਲੱਗੇ ਤਾਂ ਕਿ ਸਕੋਰ ਜਿਹੜੇ ਬਾਕੀ ਹੋਵੇ ਖੇਡ ਗਰਾਊਂਡ ਦੇ ਵਿੱਚ ਕਹਿੰਦੇ ਮੇਰੇ ਵੀਰੋ ਅੱਜ ਰੰਗਲਾ ਪੰਜਾਬ ਫਿਰਦਾ ਗਰਾਊਂਡ ਦੇ ਵਿੱਚ ਲੱਗੀ ਬਈ ਅੱਜ ਰੰਗਲਾ ਪੰਜਾਬ ਫਿਰਦਾ ਗਰਾਊਂਡ ਦੇ ਵਿੱਚ ਉਧਰਲੇ ਪਾਸੇ ਕਦੇ ਜਿਹੜੇ ਭਰਾ ਨੇ ਬੁਲਟ ਮੋਟਰਸਾਈਕਲ ਕੀਤਾ ਉਹਨੂੰ ਕਹਿੰਦੇ ਗਿਆਰਾਂ ਸੌ ਰੁਪਏ ਦੇ ਨਾਲ ਕਮੇਟੀ ਵੱਲੋਂ ਮਾਣ ਸਨਮਾਨ ਕਦੇ ਦਿੱਤਾ ਗਿਆ ਉਧਰ ਪਿੱਛੇ ਦੇਖਦਾ ਭੰਗੜੇ ਪੈਂਦੇ ਆ ਉਹ ਭੰਗੜੇ ਪੈਂਦੇ ਆ ਮੇਰੇ ਵੀਰੋ ਹੈਂ ਕਹਿੰਦੇ ਮੇਰੇ ਵੀਰੋ ਝੂਲਣ ਝੂਲਣ ਚੁੱਪ ਚੁੱਪ ਹੁੰਦੀ ਆ ਬਾਕੀ ਗੱਲਾਂ ਹੁੰਦੀਆਂ ਮੇਰੇ ਵੀਰੋ ਲਾਲ ਕਹਿੰਦੇ ਮੇਰੇ ਵੀਰੇ ਸਾਰਾ ਸਾਲਾਂ ਦੇ ਵਿੱਚ ਰਣ ਜਿਹੜੇ ਬਹੁਤ ਬਾਕੀ ਆ ਫੁੱਟਾਂ ਦੇ ਮੁੰਡਿਆ ਆਓ ਪਿਆਰੀ ਫੜਦਾ ਫੜਦਾ ਪਿਆਰੀ ਪ੍ਰਦੀਪ ਵਾਲਾ ਪਾਉਂਦਾ ਆਓ ਕਹਿੰਦੇ ਕੱਬਰੂ ਖੇਡਦੇ ਮੈਦਾਨ ਦੇ ਅੰਦਰ ਪਹਿਲੀ ਪਾਲ ਆਓ ਕਹਿੰਦੇ ਟੱਪ ਗਈ ਟੱਪ ਗਈ ਟੱਪ ਗਈ ਭੋਲੀ ਦੀ ਟੀਮ ਆਓ ਜੀ ਭੋਲੀ ਦੀ ਟੀਮ ਆ ਜਾਵੇ ਸਾਰੀ ਉਹ ਆ ਜਾਵੇ ਤੇ ਪ੍ਰਬੰਧਕ ਕਹਿੰਦੇ ਪ੍ਰੂਫ ਚੈੱਕ ਕਰਦੇ ਆ ਛੱਕਾ ਲੱਗਿਆ ਜੀ ਮੈਨੂੰ ਲੱਗਦਾ ਐਨ ਕਦੇ ਛੱਕਾ ਵੱਜ ਗਿਆ ਢੋਲੀ ਪ੍ਰਦੀਪ ਕਿਸੇ ਨੂੰ ਵੀ ਆਊਟ ਕਰ ਦਿੰਦੇ ਪੰਜ ਸੌ ਰੁਪਇਆ ਮੇਰੇ ਵੱਲੋਂ ਕਿਉਂਕਿ ਪਿਆਰ ਹੈ ਕਹਿੰਦੇ ਮੁੰਡੇ ਦੇ ਨਾਲ ਹਾਂ ਕਹਿੰਦੇ ਪ੍ਰਦੀਪ ਮੇਰੇ ਵੀ ਔਰ ਚੋਟੀ ਦੀਆਂ ਪਾਲਾਂ ਪਾਉਣ ਦੇ ਲਈ ਕਦੇ ਵਧਿਆ ਹੋਇਆ ਉਧਰਲੇ ਪਾਸੇ ਔਰ ਪੇਕ ਮੰਦਾ ਚਰਚਰ ਮੁੰਡਾ ਪਾਲਾ ਪਾਉਂਦਾ ਖੇਡ ਦੇ ਮੈਦਾਨ ਦੇ ਵਿੱਚ ਧੁੱਤੀ ਕੱਢੀ ਪਈ ਆ ਮੁੰਡਿਆਂ ਨੇ ਕਦੇ ਕਰਨਾ ਚਾਹੁੰਦੇ ਉਧਰ ਆ ਗਏ ਵੀਰੇ ਮਿਲ ਲਓ ਜੀ ਇਧਰ ਬਾਈ ਜੀ ਮਿਲ ਲਓ ਉਧਰ ਪ੍ਰਬੰਧਕ ਮਿਲ ਲਓ ਸਾਡੀ ਬੇਨਤੀ ਹੈ ਬਾਕੀ ਮੈਚ ਬੜਾ ਤਗੜਾ ਖੇਡਿਆ ਜਾ ਰਿਹਾ ਉਧਰ ਬਾਕੀ ਪ੍ਰਧਾਨ ਮੇਰੇ ਵੀਰੋ ਗੱਲਾਂ ਹੁੰਦੀਆਂ ਮੈਚ ਬੜਾ ਤਗੜਾ ਹੈ ਉਹਦੇ ਢੋਲ ਤੇ ਡੱਗੇ ਪੈਂਦੇ ਉਂਗਲੀ ਖੜੀ ਆ ਮੁੰਡੇ ਦੀ ਬਾਕੀ ਮੈਚ ਬੜਾ ਤਕੜਾ ਨਾ ਕਹਿੰਦੇ ਮੈਚ ਬੜਾ ਤਕੜਾ ਕਹਿੰਦੇ ਉਧਰ ਸਾਡੇ ਬਹੁਤ ਹੀ ਸਤਿਕਾਰ ਦੇ ਮੇਰੇ ਸਰਪੰਚ ਸਾਹਿਬ ਔਰ ਮਾਝੀ ਦੀ ਟੀਮ ਦਾ ਕੋਈ ਵੀ ਪਲੇਅਰ ਕਹਿੰਦੇ ਲਗਾਤਾਰ ਤੁਹਾਡੀ ਛੱਕੇ ਮਾਰਦਾ ਉਹਨੂੰ ਕਹਿੰਦੇ ਬੂਟਾਂ ਦਾ ਜਿਹੜਾ ਜੋੜਾ ਦਿੱਤਾ ਜਾਵੇਗਾ ਮੇਰੇ ਵੀਰੇ ਪ੍ਰਬੰਧਕ ਕਮੇਟੀ ਦੇ ਵੱਲੋਂ ਪਰ ਕਹਿੰਦੇ ਸਾਡੇ ਸਰਪੰਚ ਸਾਹਿਬ ਬਹੁਤ ਸਾਥ ਦੇ ਰਹੇ ਕਹਿੰਦੇ ਅਤੇ ਮੇਲੇ ਦੇ ਵਿੱਚ ਚਮਕੌਰ ਸਾਹਿਬ ਦੀ ਚਮਕੌਰ ਸਿੰਘ ਜੀ ਸਰਪੰਚ ਸਾਹਿਬ ਬਹੁਤ ਬੜਾ ਧੰਨਵਾਦ ਕਰਦੇ ਆ ਉਧਰ ਮੈਚ ਵੀ ਕਹਿੰਦੇ ਮੇਰੇ ਵੀਰੋ ਮਾਝੀ ਵਾਲੇ ਜੇ ਜਿੱਤਣਾ ਤਾਂ ਛੱਕੇ ਵੱਡੇ ਮਾਰਨੇ ਪੈਣੇ ਆ ਛੱਕੇ ਵੱਡੇ ਮਾਰਨੇ ਪੈਣੇ ਆ ਐਨ ਕਹਿੰਦੇ ਕਾਕੇ ਖੇਡਦੇ ਪਟਾਕੇ ਪੈਂਦੇ ਆ ਲਾਲ ਕਹਿੰਦੇ ਕਾਕੇ ਖੇਡਦੇ ਆ ਪਟਾਕੇ ਪੈਂਦੇ ਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਅੰਦਰ ਔਰ ਪੈਗੀ ਲਾਲ ha
ਅੱਜ ਦੇ ਵੀਰਿਆ ਖਾ ਹੋਈ ਭਈਆ, ਅੱਜ ਦੇ ਵੀਰਿਆ ਖਾ ਹੋਈ ਭਈਆ। ਉਧਰ ਕਹਿੰਦੇ ਪ੍ਰੀਤ ਹੈ ਮਾਝੀ ਵਾਲਾ, ਮੈਚ ਬੜਾ ਤਗੜਾ ਉਧਰ ਤਵਿੰਦਰ ਦੀ ਪਾਲ ਲੰਘ ਵਾਲਿਆ ਕਰਦੇ ਗਏ ਨਾਲ ਸਾਹਮਣੇ ਕਿਵੇਂ ਚੋਟੀ ਦੀਆਂ ਬਾਲਾਂ ਪਾਈ ਤੁਰਿਆ ਸਵਾਗਤ ਹੋ ਗਿਆ ਆ ਭਾਈ ਜੀ ਦੱਸੋ ਲੈਂਦੇ ਰੁਪੈੜੀ ਵਾਲਾ ਜੀ ਕਿਤਨੇ ਬਣ ਗਿਆ ਉਹ ਜੋਤ ਜੋਤ ਕਦੇ ਫੜ ਚੁੱਕੇ ਖੇਡ ਦੇ ਮੈਦਾਨ ਦੇ ਵਿੱਚ ਲਾਸਟ ਓਵਰ ਜਿਹੜਾ ਬਾਕੀ ਹੈ ਤੇ ਲਾਸਟ ਓਵਰ ਦੇ ਵਿੱਚ ਬੜੇ ਰਨ ਚਾਹੀਦੇ ਹੈ ਨਾ ਐਨ ਗੱਲਾਂ ਹੁੰਦੀਆਂ ਮੇਰੇ ਵੀਰੋ ਚਰਚੇ ਵੰਡਿਆ ਭੋਲੀ ਵਾਲੇ ਬਿੱਲੇ ਵਾਲੇ ਆਏ ਹੋਏ ਆ ਬਹੁਤ ਬੜਾ ਧੰਨਵਾਦ ਹੈ ਅਗਲਾ ਰਾਜੂ ਜੀ ਸਾਡੇ ਜਿੱਥੇ ਵੀ ਬਾਤ ਸੁਣਦੇ ਆ ਜ਼ਰੂਰ ਲਾਡੀ ਵੀਰ ਦੇ ਨਾਲ ਸੰਪਰਕ ਬਣਾ ਲਾਂਗੇ ਹੈਡ ਸਾਹਿਬ ਕਿਤੇ ਜਿੱਥੇ ਵੀ ਬਾਤ ਸੁਣਦੇ ਆ ਉਹ ਰਾਜੂ ਜੀ ਸਾਡੇ ਜ਼ਰੂਰ ਆ ਜਾਣ ਅਸੀਂ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਆ ਸਰਦਾਰ ਗੁਰਧਿਆਨ ਸਿੰਘ ਜੀ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਨਾਲ ਪੁੱਜਦੇ ਕਰਦੇ ਆ ਬਹੁਤ ਬੜਾ ਧੰਨਵਾਦ ਕਰਦੇ ਆ ਗੁਰਧਿਆਨ ਸਿੰਘ ਜੀ ਸਾਡੇ ਚੇਚੇ ਤੌਰ ਤੇ ਪੁੱਜੇ ਹੋਏ ਆ ਜਿਨ੍ਹਾਂ ਨੇ ਪਹਿਲੇ ਦਿਨ ਹੀ ਕਹਿੰਦੇ ਖਿਡਾਰੀਆਂ ਦੇ ਮੇਰੇ ਵੀਰੇ 1100 ਦੇ ਮਾਰਕ ਰੱਖੇ ਆ ਉਧਰ ਕਹਿੰਦੇ ਭਰਾ ਨੂੰ ਕਹਿੰਦੇ 100 ਰੁਪਏ ਦੇ ਮਾਰ ਕਹਿੰਦੇ ਲਾਡੀ ਜੀ ਕੀਤੇ ਜਾ ਰਹੇ ਆ ਐਂਡ ਕਹਿੰਦੇ ਉੱਤਰ ਗਿਆ ਜੇ ਕਿਸੇ ਵੀਰ ਨੇ ਵਿਆਹ ਸ਼ਾਦੀ ਦੇ ਵਿੱਚ ਦੀ ਦੇ ਲਵਾਉਣਾ ਪ੍ਰੀਤ ਬੁੜੀ ਬਾਣੀ ਤੁਹਾਨੂੰ ਵੀ ਲਾ ਦਿੰਦੇ ਆ ਆਉਂ ਵੀ ਹੋਏ ਤਾਂ ਉੱਤਰ ਸੰਪਰਕ ਬਣਾ ਸਕਦੇ ਕਹਿੰਦੇ ਉਹ ਬਾਲਾਂ ਨਾਲ ਆ ਗਿਆ ਗੱਲਾਂ ਲਾਤੀਆਂ ਟਿਕਾਣੇ ਨੇ ਵੀ ਕਰਦੇ ਕਰਦੇ ਸਾਹਮਣੇ ਲਾਸਟ ਓਵਰ ਦੀਆਂ ਬਾਲਾਂ ਪੈਂਦੀਆਂ ਗੌਰਵਾਂ ਦੀ ਪਿੰਡ ਵਾਲਾ ਨਿੰਦਰ ਇਹਦੇ ਚਰਚੇ ਵੱਡੇ ਆ ਐਨ ਕਹਿੰਦੇ ਬੇਸ਼ੱਕ ਘੱਟ ਸੁਣਦਾ ਘੱਟ ਬੋਲਦਾ ਪਰ ਜਦੋਂ ਬੋਲਦਾ ਅਣਖੀ ਦਾ ਬੱਲਾ ਬੋਲਦਾ ਵੱਡਾ ਮੇਲਾ ਅੱਜ ਗੱਜੂ ਮਾਜਰੇ ਦਾ ਉਰੇ ਆ ਜਾਏਗਾ ਕਹਿੰਦੇ ਸਾਹਿਬਾਨ ਸਾਡੇ ਸਰਪੰਚ ਸਾਹਿਬ ਜੀ ਪੁੱਜੇ ਹੋਏ ਮਿੱਤਰ ਮੰਡਲੀ ਦੇ ਵਿੱਚੋਂ ਸਾਡੇ ਜੀ ਦੋਸਤ ਵੀ ਪੁੱਜੇ ਹੋਏ ਆ ਸਾਡੇ ਮਹਿਮਾਨ ਵੀ ਪੁੱਜੇ ਹੋਏ ਆ ਤੈ ਦੇ ਵਿੱਚ ਧੰਨਵਾਦ ਕਰ ਰਹੇ ਹਾਂ ਵੀ ਮੁੱਖ ਮਹਿਮਾਨ ਕਿਤੇ ਗਏ ਨੀ ਪਰ ਮੁਰਦਿਆਂ ਮਹਿਫਲਾਂ ਦੀ ਸ਼ਾਨ ਬਣ ਕੇ ਵੱਡਾ ਧੰਨਵਾਦ ਹੈ ਚਿੱਟੀਆਂ ਕਾਲੀਆਂ ਗੱਡੀਆਂ ਮੇਰੇ ਵੀਰੋ ਅੱਜ ਗਰਾਊਂਡ ਦਾ ਸ਼ਿੰਗਾਰ ਬਣਿਆ ਹੋਇਆ ਬਹੁਤ ਬੜਾ ਧੰਨਵਾਦ ਕਰਦੇ ਆ ਸਾਡੇ ਵੀਰਾਂ ਦਾ ਪ੍ਰਬੰਧਕਾਂ ਨੇ ਮੇਰੇ ਵੀਰੋ ਚਿੱਪ ਕੱਢੇ ਹੋਏ ਪ੍ਰਬੰਧ ਵੱਡੇ ਆ ਚਾਹਵਾਂ ਦੇ ਪ੍ਰਬੰਧ ਵੱਡੇ ਆ ਲਓ ਪੈਂਦੀ ਬਾਲ ਉਧਰ ਕਹਿੰਦੇ ਲਾਸਟ ਓਵਰ ਦੀਆਂ ਬਾਲਾਂ ਵੀ ਜਿੱਥੇ ਬੰਟੀ ਪ੍ਰਧਾਨ ਖੜੇ ਹਰ ਜੇ ਨੱਗਰ ਨਾਲ ਕਲੇਟੀ ਜੇ ਰੌਲਾ ਪੈ ਜਾਵੇ ਫਿਰ ਸਾਫ ਸਾਫ ਕਰਦੇ ਸਾਰੇ ਆ ਕੇ ਛੇਤੀ ਗੱਲਾਂ ਕਿਤੇ ਵੱਡੀਆਂ ਲੱਗੀਆਂ ਪਈਆਂ ਟਿਕਾਣੇ ਦੀ ਖੇਡ ਦੇ ਗਰਾਊਂਡਾਂ ਦੇ ਵਿੱਚ ਉਧਰ ਲਾਡੀ ਬਾਈ ਬੰਟੀ ਪਾਠਕ ਜੀ ਸਾਡੇ ਔਰ ਸਾਰੇ ਬੁਲਾਰਿਆਂ ਦੇ ਲਈ ਕਹਿੰਦੇ ਵੱਡਾ ਮਾਣ ਪਹੁੰਚਦਾ ਕਰ ਰਹੇ ਹਾਂ ਅਸੀਂ ਕਹਿੰਦੇ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਔਰ ਸਾਹਮਣੇ ਕਹਿੰਦੇ ਬਾਲ ਪੈਣੀ ਔਰ ਪੱਲੇ ਪੱਲੇ ਕਹਿੰਦੇ ਫੁੱਦੀਆਂ ਖੇਡ ਦੇ ਗਰਾਊਂਡਾਂ ਦੇ ਵਿੱਚ ਅੱਜ ਕਹਿੰਦੇ ਕੱਜੂ ਮਾਜਰਾ ਦੀ ਧਰਤੀ ਦਾ ਮੇਲਾ ਆਓ ਕਹਿੰਦੇ ਦੁਨੀਆਂ ਦੇ ਵਿੱਚ ਪ੍ਰਸਿੱਧ ਹੋ ਗਿਆ ਵੀ ਮੇਲਾ ਮੇਲਾ ਕਰਦੀ ਵੀ ਮੈਂ ਮੇਲਾ ਹੋਇਆ ਧਮੇਲਾ ਚੱਕੇ ਬਣ ਗਏ ਚੌਧਰੀ ਗੁਰੂ ਬਣ ਗਿਆ ਤੇਲਾ ਕਣਕ ਨੂੰ ਖਾ ਗਿਆ ਗੁੱਲੀ ਡੰਡਾ ਨਰਮੇ ਨੂੰ ਖਾ ਗਿਆ ਤੇਲਾ ਪਹਿਲਾਂ ਤੂੰ ਪਰਹੇਜ ਨੀ ਕੀਤਾ ਹੁਣ ਭਾਰੇ ਗਜਰੇਲਾ ਮਿੱਠਾ ਖਾ ਕੇ ਹੋ ਗਈ ਸ਼ੂਗਰ ਖਾਣਾ ਪਿਆ ਕਰੇਲਾ ਸਾਹਿਬਾਂ ਦੇ ਜੇ ਹੋਏ ਲੜਾਉਣੇ ਖਾ ਦੋ ਕੇਲਾ ਮੌਜਾ ਲੁੱਟ ਮਿੱਤਰਾ ਜ਼ਿੰਦਗੀ ਚਲੋ ਚਲੀ ਦਾ ਮੇਲਾ ਆਓ ਜ਼ਿੰਦਗੀ ਚਲੋ ਚਲੀ ਦਾ ਮੇਲਾ ਉਧਰ ਕਾਂਟਾ ਰੱਬ
ਉੱਪਰ ਤੇ ਮਾਣ ਜਿਹੜਾ ਮੇਰੇ ਵੀਰੋ ਐਨ ਕਹਿੰਦੇ ਉਧਰ ਪੰਜਾਬ ਫੂਡ ਹਾਊਸ ਵਾਲੇ ਵੀਰ ਪੂਜੇ ਹੋਏ ਜੀਆਂ ਦੇ ਵੱਲੋਂ 1100 ਦੇ ਨਾਲ ਤੇ ਨਾਲ ਜਿਹੜੇ ਸਰਦਾਰ ਹੈ ਜਿਹੜੀ ਲੰਗ ਵਾਲਿਆ ਟਾਟਾ ਰਾਤ